प्रोग्राम खबरसार देख रहे सारे दर्शकों नरलेप गिल वालों प्यार भरी सत श्री अकाल नमस्कार ते अदावार। प्रोग्राम विच तुहाडा बहुत बहुत स्वागत है हाजरी। जिस तरह तुहानू पता है कि इस प्रोग्राम दे विच असीं पिछले हफ्ते दीआं गतिविधियां दे आधारित प्रोग्राम खबरसार लैके हाजिर हुंदे आ। सो साडा साथ दिंदे ने पंजाब तों अवतार सिंह जी, शेर गिल साडे सीनियर पत्रकार, आपां उहनां नाल करदे आ गल्लबात। पहलां उहनां दा करदे आ स्वागत। सो अवतार जी, प्रोग्राम दे विच बहुत बहुत स्वागत है जी तुहाडा। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸੋ ਅਵਤਾਰ ਜੀ, ਪਹਿਲੀ ਖਬਰ ਜਿਹੜੀ ਹੈਗੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਇੱਕ ਵਾਰੀ ਫੇਰ ਇਸ ਖਬਰ ਦਾ ਤਹਿਲਕਾ ਮੱਚਿਆ ਹੋਇਆ। ਹਲੇ ਪੁਰਾਣੇ ਜਿਹੜੇ ਸਟਿੱਕਰ ਆ ਕਾਰਾਂ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਹਲੇ ਉਤਰੇ ਨਹੀਂ ਸੀਗੇ, ਤਾਂ ਇਹ ਕਿਸਾਨ ਮੋਰਚਾ ਫਿਰ ਦੁਬਾਰਾ ਸਟਾਰਟ ਹੋ ਗਿਆ। ਜਿਵੇਂ ਆਪਾਂ ਪਿਛਲੇ ਹਫ਼ਤੇ ਦੀਆਂ ਗਤੀਵਿਧੀਆਂ 'ਤੇ ਕਿ ਗੱਲਬਾਤ ਕੀਤੀ ਸੀ ਕਿ ਜਿਹੜਾ ਇਹ ਮੋਰਚਾ ਕਿਉਂ ਦੁਬਾਰਾ ਲਾਉਣਾ ਪਿਆ, ਔਰ ਹੁਣ ਕਿੰਨੇ ਪੜਾਅ ਹੋ ਗਏ ਆ ਗੱਲਬਾਤ ਦੀ ਸਰਕਾਰ ਦੇ ਨਾਲ, ਅਤੇ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਹੈ, ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਰੋਲ ਹੈ, ਅਤੇ ਕਿੱਥੋਂ ਤੱਕ ਮਸਲਾ ਪਹੁੰਚਿਆ? ਮੈਂ ਕਾਫੀ ਸਾਰੇ ਸਵਾਲ ਤੁਹਾਨੂੰ ਕਰ ਦਿੱਤੇ ਆ, ਕਾਫੀ ਡਿਟੇਲ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਹਦੇ 'ਤੇ। ਸੋ ਪਾਇਓ ਚਾਨਣ ਕੀ ਹੋ ਰਿਹਾ? ਪਹਿਲਾਂ ਤਾਂ ਅੱਜ ਦੀ ਅਪਡੇਟ ਹੀ ਇੱਕ ਦੇ ਦਿਆਂ ਕਿ ਜਿਹੜਾ ਚੌਥੇ ਗੇੜ ਦੀ ਗੱਲਬਾਤ ਹੋਈ ਸੀ ਨਾ ਕੇਂਦਰ ਤੇ ਮੰਤਰੀਆਂ ਦੇ ਨਾਲ ਜੀ, ਕੇਂਦਰ ਦੇ ਮੰਤਰੀਆਂ ਦੇ ਵਿੱਚ ਸ਼ਾਮਲ ਸੀਗੇ ਪਿਯੂਸ਼ ਗੋਇਲ, ਨਿਤਿਆ ਆਨੰਦ ਤੇ ਅਰਜੁਨ ਮੁੰਡਾ ਖੇਤੀਬਾੜੀ ਮੰਤਰੀ ਆ। ਇੱਧਰੋਂ ਜਿਹੜੇ ਆ ਉਹ ਸਰਵਨ ਸਿੰਘ ਢੁੰਡੇਰ ਹੋਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ, ਤੇ ਜਿਹੜੇ ਐਸ ਕੇ ਐਮ ਗੈਰ ਸਿਆਸੀ ਆ ਗੈਰ ਰਾਜਨੀਤਿਕ ਆ ਉਹਦੇ ਵਿੱਚ ਉਹ ਜਗਜੀਤ ਸਿੰਘ ਦਿੱਲੇਵਾਲ ਨਹੀਂ ਆ, ਉਹਨਾਂ ਦੇ ਨਾਲ ਮੀਟਿੰਗ ਜਿਹੜੀ ਚੌਥੇ ਗੇੜ ਦੀ ਹੋਈ ਸੀ। ਤਾਂ ਲੱਗਦਾ ਸੀ ਕਿ ਉਹਦੇ ਵਿੱਚ ਕੋਈ ਨਾ ਕੋਈ ਹੱਲ ਨਿਕਲ ਆਊਗਾ, ਪਰ ਸਰਕਾਰ ਨੇ ਉਹਦੇ 'ਚ ਨਵਾਂ ਫਾਰਮੂਲਾ ਪੇਸ਼ ਕਰ ਦਿੱਤਾ ਸੀ ਇਹਨਾਂ ਨੂੰ ਕਿ ਅਸੀਂ ਜਿਹੜੀਆਂ ਪਹਿਲਾਂ ਐਮ ਐਸ ਪੀ ਦਿੰਦੇ ਆ ਜਿਹਨਾਂ ਫਸਲਾਂ ਦੇ ਉੱਤੇ, ਉਹ ਤੋਂ ਇਲਾਵਾ ਤੁਹਾਨੂੰ 3 ਫਸਲਾਂ ਦੀਆਂ ਹੋਰ ਐਮ ਐਸ ਪੀ ਦੇਵਾਂਗੇ, ਜਿਹਦੇ ਵਿੱਚ ਮੱਕੀ ਆ ਤੇ ਨਾਲ ਦੀ ਨਾਲ ਦਾਲ ਆਇਆ ਤੇ ਕਪਾਹ ਆ। ਤੇ ਉਸ ਸੰਬੰਧੀ ਫਿਰ ਬੜੀ ਲੰਬੀ ਮੀਟਿੰਗ ਚੱਲੀ ਸੀ ਪਿਛਲੇ ਬੀਤੇ ਦਿਨ ਐਤਵਾਰ ਵਾਲੇ ਦਿਨ ਚੰਡੀਗੜ੍ਹ ਵਿੱਚ, ਤੇ ਕਿਸਾਨਾਂ ਨੇ 2 ਦਿਨ ਦਾ ਸਮਾਂ ਮੰਗਿਆ ਸੀਗਾ ਕਿ ਅਸੀਂ 2 ਦਿਨ ਸਾਨੂੰ ਦਿਓ, ਅਸੀਂ ਵਿਚਾਰ ਕੇ ਫਿਰ ਦੱਸਾਂਗੇ ਤੁਹਾਨੂੰ, ਅਸੀਂ ਮਾਹਿਰਾਂ ਤੋਂ ਵੀ ਰਾਏ ਲਵਾਂਗੇ ਵੀ ਇਹਨੂੰ ਕਿਵੇਂ ਲਿਆ ਜਾਵੇ। ਸੋ ਦਿਨ ਤਾਂ ਇੱਕ ਵੀ ਨਹੀਂ ਲੰਘਿਆ, 24 ਘੰਟੇ ਹੋਏ ਆ ਅੱਜ ਦੇ ਸਮੇਂ ਦਾ, ਇਸ ਟਾਈਮ ਹੀ ਮੀਟਿੰਗ ਚੱਲੀ ਸੀਗੀ। ਤੋਂ ਇਸ ਟਾਈਮ ਹੀ ਹੁਣੇ ਅਜੇ ਥੋੜਾ ਸਮਾਂ ਪਹਿਲਾਂ ਜਸਟ ਰੀਸੈਂਟਲੀ ਉਹਨਾਂ ਨੇ ਸ਼ੰਭੂ ਬਾਰਡਰ ਜਿੱਥੇ ਕਿ ਕਿਸਾਨ ਮੋਰਚਾ ਲਾ ਕੇ 13 ਫਰਵਰੀ ਤੋਂ ਬੈਠੇ ਆ, ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਕਿ ਸਾਨੂੰ ਜਿਹੜਾ ਕੇਂਦਰ ਦਾ ਇਹ ਨਵਾਂ ਫਾਰਮੂਲਾ ਜਾਂ ਨਵੀਂ ਐਮ ਐਸ ਪੀ ਵਾਲਾ ਫਾਰਮੂਲਾ ਸਾਨੂੰ ਕਤਾਈ ਮਨਜ਼ੂਰ ਨਹੀਂ ਹੈਗਾ, ਤੇ ਉਹਨਾਂ ਨੇ ਸਿਰੇ ਤੋਂ ਇਹਨੂੰ ਖਾਰਜ ਕਰ ਦਿੱਤਾ। ਖਾਰਜ ਕਰਦਿਆਂ ਹੀ ਨਾਲ ਇਹ ਵੀ ਐਲਾਨ ਕਰ ਦਿੱਤਾ ਕਿ 21 ਫਰਵਰੀ ਨੂੰ ਜਿਹੜੇ ਕਿਸਾਨ ਸ਼ੰਭੂ ਬਾਰਡਰ ਤੇ ਰੁਕੇ ਆ, ਡਕੇ ਹੋਏ ਆ, ਅੱਗੇ ਵਧਣ ਤੋਂ ਰੁਕੇ ਹੋਏ ਆ, ਹਰਿਆਣਾ ਦੇ ਪੁਲਿਸ ਨੇ, ਹਰਿਆਣਾ ਦੇ ਸੁਰੱਖਿਆ ਏਜੰਸੀਆਂ ਨੇ ਸੁਰੱਖਿਆ ਬਲਾਂ ਨੇ, ਉਹ ਹੁਣ 21 ਫਰਵਰੀ ਵਾਲੇ ਦਿਨ ਸਵੇਰੇ 11 ਵਜੇ ਸ਼ਾਂਤਵੇਂ ਤਰੀਕੇ ਨਾਲ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ। ਹੁਣ ਇੱਥੋਂ ਇਹ ਲੱਗਦਾ ਵੀ ਇਹ ਅੰਦੋਲਨ ਜਿਹੜਾ ਆ ਅਸਲ ਵਿੱਚ ਹੁਣ ਜ਼ੋਰ ਫੜੂਗਾ, ਕਿਉਂਕਿ 13 ਤਰੀਕ ਤੋਂ ਜਿਹੜਾ ਦਿੱਲੀ ਚਲੋ ਦਾ ਪ੍ਰੋਗਰਾਮ ਸੀਗਾ ਉਹ ਹਰਿਆਣਾ ਦੀ ਪੁਲਿਸ ਨੇ, ਹਰਿਆਣਾ ਦੇ ਪ੍ਰਸ਼ਾਸਨ ਨੇ, ਸਰਕਾਰ ਨੇ ਇਹਨਾਂ ਕਿਸਾਨਾਂ ਦੀ ਜਰਾ ਨੇ ਮੰਨਣ ਦਿੱਤੀ, ਜਰਾ ਨੇ ਚੱਲਣ ਦਿੱਤੀ ਹੈ, ਇਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ, ਤੇ ਬਹੁਤ ਕੁਛ ਉਦੋਂ ਹੋਇਆ, ਤੁਸੀਂ ਵੀ ਸੋਸ਼ਲ ਮੀਡੀਆ ਰਾਹੀਂ ਦੇਖਦੇ ਹੋਣੇ ਆ ਕਿ ਉਹ ਹਰਿਆਣੇ ਵਾਲੇ ਪਾਸੇ ਕਿੰਨੇ 7-8 ਲੇਅਰਾਂ ਦੇ ਉਹਨਾਂ ਨੇ ਬੈਰੀਕੇਡ ਲਾਏ ਹੋਏ, ਬਲੋਕਸ ਕੀਤੇ ਹੋਏ ਆ, ਵੱਡੇ ਵੱਡੇ ਸੀਮਿੰਟ ਦੇ ਪੱਥਰ ਲਾ ਲਾ ਕੇ ਕਿੱਲ ਵਿਛਾ ਦੂ ਕੇ, ਤੇ ਉਹਨਾਂ ਰਾਹੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ, ਪਰ ਲੰਘਣ ਦੀ ਜਾਂ ਇਹਨੂੰ ਟੱਪਣ ਦੀ ਕੋਸ਼ਿਸ਼ ਵੀ ਕਿਸਾਨਾਂ ਵੱਲੋਂ ਬਹੁਤ ਹੋਈ ਆ। ਇਸ ਦੌਰਾਨ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਜਿਹੜੇ ਆ ਜਿਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਪਤਾ ਨਹੀਂ ਕਿੰਨੇ ਕੁ ਸੁੱਟ ਦਿੱਤੇ, ਜਿਹੜੇ ਕਿ ਹਰਿਆਣੇ ਦੀ ਟੈਰੀਟਰੀ ਤੋਂ ਪੰਜਾਬ ਦੀ ਟੈਰੀਟਰੀ ਵੱਲ ਸੁੱਟਦੇ ਨੇ। ਨਾਲ ਦੀ ਨਾਲ ਉਹਨਾਂ ਨੇ ਡਰੋਨ ਦੀ ਵੀ ਵਰਤੋਂ ਕੀਤੀ ਆ, ਡਰੋਨਾਂ ਦੇ ਨਾਲ ਵੀ ਅਥਰੂ ਗੈਸ ਦੇ ਗੋਲੇ ਸੁੱਟੇ ਆ, ਜਿਹਦੇ ਨਾਲ ਇੱਥੇ ਘੱਟੋ ਘੱਟ ਦੱਸਦੇ ਆ ਤੇ 100 ਤੋਂ 150 ਕਿਸਾਨ ਜ਼ਖਮੀ ਹੋਇਆ, ਕਿਸੇ ਦੇ ਅੱਖ 'ਚ ਵੱਜਾ, ਕਿਸੇ ਦੇ ਸਿਰ 'ਚ, ਕਿਸੇ ਦੇ ਲੱਤਾਂ ਦੇ ਵਿੱਚ। ਫਿਰ ਉਹਨਾਂ ਨੇ ਰਬੜ ਦੀਆਂ ਜਿਹੜੀਆਂ ਗੋਲੀਆਂ, ਰਬੜ ਬੁਲਟਸ ਜਿਹਨੂੰ ਕਹਿੰਦੇ ਆ, ਜਿਹੜੀ ਕਿ ਬੈਨ ਆ ਦੇਸ਼ ਦੇ ਵਿੱਚ, ਸੁਪਰੀਮ ਕੋਰਟ ਨੇ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਫੌਜ ਚਲਾਉਂਦੀ ਹੁੰਦੀ ਸੀ ਪ੍ਰਦਰਸ਼ਨਕਾਰੀਆਂ ਤੇ, ਉਦੋਂ ਦੀ ਸੁਪਰੀਮ ਕੋਰਟ ਨੇ ਉਹ ਰਬੜ ਦੀਆਂ ਬੁਲਟਾਂ ਨੂੰ ਬੈਨ ਕੀਤਾ ਹੋਇਆ, ਤੇ ਇਹ ਰਬੜ ਦੀਆਂ ਬੁਲਟਾਂ ਵੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਸ਼ੰਭੂ ਬਾਰਡਰ ਤੇ ਔਰ ਖਨੌਰੀ ਬਾਰਡਰ ਦੇ ਉੱਤੇ ਚੱਲੀਆਂ, ਜਿਹਦੇ ਨਾਲ ਕਈ ਜਿਹੜੇ ਉਹ ਜ਼ਖਮੀ ਵੀ ਹੋਏ, ਤੇ ਇਨ ਬਿਟਵੀਨ 2-3 ਕਿਸਾਨ ਇਹੋ ਜਿਹੇ ਵੀ ਹੈ ਜਿਹਨਾਂ ਦੀ ਜਾਨ ਜਿਹੜੀ ਆ ਇਸ ਸੰਘਰਸ਼ ਦੇ ਮੁੱਢਲੇ ਦੌਰ ਵਿੱਚ ਹੀ ਚਲੀ ਗਈ, ਜਿਹਨਾਂ ਦੀ ਗਈ ਵੈਸੇ ਉੱਥੇ ਬੈਠਿਆਂ ਨੂੰ, ਚਾਹੇ ਠੰਡ ਕਹਿ ਲਓ, ਚਾਹੇ ਟੈਨਸ਼ਨ ਕਹਿ ਲਓ, ਚਾਹੇ ਜੋ ਵੀ ਦਿਮਾਗ 'ਚ ਆਉਂਦੀ ਆ ਵੀ ਉਹਦਾ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ। ਔਰ ਉਹਨਾਂ ਦੇ ਕਿਸਾਨ ਜਿਹੜੇ ਸਭ ਤੋਂ ਪਹਿਲਾਂ ਗਿਆਨ ਸਿੰਘ ਨਾਂ ਦਾ ਸੀ, ਜਿਹੜਾ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਘੁਮਾਣ ਇਲਾਕੇ ਦਾ ਆ, ਦੂਸਰਾ ਇੱਕ ਸਤਰਾਣਾ ਇਲਾਕੇ ਦਾ ਤੇ ਇੱਕ ਖਨੌਰੀ ਇਲਾਕੇ ਦਾ, 3 ਕਿਸਾਨਾਂ ਦੀ ਹੁਣ ਤੱਕ ਜਿਹੜੀ ਆ ਉਹ ਡੈਥ ਹੋ ਚੁੱਕੀ, ਜਾਨ ਜਾ ਚੁੱਕੀ ਆ।
ਦੱਸਣ 'ਚ ਇਹ ਵੀ ਆਉਂਦਾ ਵੀ ਉੱਥੇ ਉਹਨਾਂ ਦੀ ਜਿਹੜੀ ਅਥਰੂ ਗੈਸ ਦੇ ਗੋਲਿਆਂ ਦੇ ਜਿਹੜੇ ਧੂੰਆਂ ਸੀਗਾ ਉਹ ਬੜਾ ਖਤਰਨਾਕ ਧੂੰਆਂ ਹੁੰਦਾ, ਅੱਖ 'ਚ ਪੈ ਜਾਏ ਤਾਂ ਵੀ ਮਾੜਾ, ਮੂੰਹ ਰਾਹੀਂ ਫੇਫੜਿਆਂ 'ਚ ਚਲੇ ਜਾਏ ਤਾਂ ਵੀ ਮਾੜਾ, ਤੇ ਉਹ ਦੱਸਦੇ ਆ ਵੀ ਧੂੰਆਂ ਜ਼ਿਆਦਾ ਚੜ੍ਹਨ ਕਰਕੇ ਜਿਹੜਾ ਪਹਿਲਾਂ ਕਿਸਾਨ ਦੀ ਡੈਥ ਹੋਈ, ਹਾਲਾਂਕਿ ਕਨਫਰਮ ਨਹੀਂ ਹੋਇਆ ਉਹਦਾ, ਪਰ ਉਹਦਾ ਤੇਰੇ ਕਿਸਾਨਾਂ ਦੀ ਜਾਨ ਜਿਹੜੀ ਆ ਚਲੇ ਗਈ ਆ। ਤੇ ਇਸ ਦੌਰਾਨ ਮੀਟਿੰਗਾਂ ਦਾ ਦੌਰ ਵੀ ਚੱਲਿਆ ਕਿਸਾਨਾਂ ਦਾ ਅੱਗੇ ਵਧਣ ਦਾ, ਸਰਕਾਰ ਦਾ ਹਰਿਆਣਾ ਦਾ ਪ੍ਰਸ਼ਾਸਨ ਦਾ ਦੌਰ ਜਿਹੜਾ ਆ ਉਹਨਾਂ ਨੂੰ ਰੋਕਣ ਦਾ, ਜਬਰੀ ਤੌਰ ਤੇ ਜ਼ੋਰ ਢੰਗ ਨਾਲ ਜੋ ਵੀ ਉਹਨਾਂ ਨੇ ਮਤਲਬ ਲਗਾਇਆ ਤੇ ਉਹਨਾਂ ਨੂੰ ਰੋਕਣ ਦੀ ਢੰਗ ਤਾਂ ਕੀਤਾ। ਇੱਕ ਡਰੋਨ ਤਾਂ ਆਪਣੇ ਕਿਸਾਨਾਂ ਨੇ ਪਤੰਗ ਵਾਲੀ ਡੋਰ ਵਾਰ ਨਾਲ ਹੀ ਸੁੱਟ ਲਿਆ ਸੀਗਾ, ਇਹ ਵੀ ਉਹ ਕਿਸਾਨ ਆਪਣੇ ਆਪ ਨੂੰ ਦੱਸਦੇ ਸੀ ਵੀ ਅਸੀਂ ਦੇਖੋ ਪਤੰਗ ਨਾਲ ਹੀ ਅਸੀਂ ਡਰੋਨ ਸੁੱਟ ਲਈਦਾ, 5 ਰੁਪਏ ਦੀ ਪਤੰਗ ਦੀ ਡੋਰ ਨਾਲ 5 ਲੱਖ ਦਾ ਡਰੋਨ ਉਹਨਾਂ ਦਾ ਸੁੱਟ ਕੇ ਉਹ ਮਾਰਿਆ। ਖੈਰ ਇਹ ਜਿਹੜਾ ਟਕਰਾਅ ਵਾਲੀ ਗੱਲ ਆ ਹੁਣ ਇਹ ਵਧਣ ਦੇ ਚਾਂਸ ਬਣ ਗਏ ਆ, ਵਧਣ ਦਾ ਜਿਹੜਾ ਬਣ ਗਿਆ ਕੰਮ, ਪਰ ਇਹਦੇ ਵਿੱਚ ਹੀ ਸਰਦਾਰਾ ਸਿੰਘ ਜੌਹਰ ਜਿਹੜੇ ਆ ਬੜੇ ਵੱਡੇ ਅਰਥ ਸ਼ਾਸਤਰੀ ਰਹੇ ਆ, ਬਹੁਤ ਪੁਰਾਣੇ ਆ, ਮਾਹਰ ਆ ਉਹ ਖੇਤੀਬਾੜੀ ਦੇ, ਉਹਨਾਂ ਦਾ ਕਹਿਣਾ ਸੀਗਾ ਕਿ ਸਾਰੀਆਂ ਹੀ ਫਸਲਾਂ ਦਾ ਜਿਹੜਾ MSP ਦੇਣਾ ਉਹ ਵਿਵਹਾਰਿਕ ਨਹੀਂ ਹੈ, ਉਹ ਤਰਕ ਨਾਲ ਨਹੀਂ ਹੈ ਗੱਲ, ਉਹ ਤਰਕਹੀਣ ਹੈ ਵੀ ਸਾਰੀਆਂ ਫਸਲਾਂ ਦੀ MSP ਸਰਕਾਰ ਨਹੀਂ ਦੇ ਸਕਦੀ, ਇਸ ਕਰਕੇ ਤੁਸੀਂ ਉਹ ਜਾਇਜ਼ ਮੰਗਾਂ ਰੱਖੋ ਜਿਹੜੀਆਂ ਕਿ ਤੁਹਾਡੀਆਂ ਪੂਰੀਆਂ ਹੋ ਸਕਣ। ਤੇ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਵੀ ਕਿਸਾਨਾਂ ਨੂੰ ਜਮਹੂਰੀ ਹੱਕ ਹੈਗਾ ਵੀ ਉਹ ਆਪਣਾ ਮੰਗਾਂ ਲਈ ਪ੍ਰਦਰਸ਼ਨ ਕਰ ਸਕਦੇ ਆ ਸ਼ਾਂਤਮਈ ਤਰੀਕੇ ਨਾਲ। ਕਿਹਾ ਦਿੱਲੀ ਜਾਣਾ, ਦਿੱਲੀ ਜਾਣ ਤੇ ਅੜੇ ਰਹਿਣਾ ਤੇ ਪੰਜਾਬ ਸਰਕਾਰ ਦਾ ਅਲਟੀਮੇਟਿਵ ਉਹਨਾਂ ਦਾ ਸਾਥ ਦੇਣਾ ਜਾਂ ਉੱਥੇ ਐਂਬੂਲੈਂਸਾਂ ਲਿਜਾ ਕੇ ਖੜੀਆਂ ਕਰ ਦੇਣਾ, ਕਈ ਤਰ੍ਹਾਂ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਸਵਾਲ ਖੜੇ ਕਰਦੇ ਆ, ਪਰ ਜਿਹੜੀ ਮੀਟਿੰਗਾਂ ਦਾ ਦੌਰ 4 ਚੱਲਿਆ ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਉਹ ਮੈਂ ਹੀ ਕਰਵਾਈਆਂ, ਉਹ ਸੈਂਟਰ ਦੇ ਨਾਲ ਮਿਲ ਕੇ ਕਰਵਾਈਆਂ। ਤੇ ਥੋੜਾ ਜਿਹਾ ਪਿੱਛੇ ਜਾ ਕੇ ਦੇਖਦੇ ਤੇ ਕੈਪਟਨ ਸਾਹਿਬ ਵੇਲੇ ਵੀ ਉਹ ਮੀਟਿੰਗਾਂ ਦਾ ਦੌਰ ਏਦਾਂ ਨਹੀਂ ਸੀ ਚੱਲਿਆ, ਕੈਪਟਨ ਸਾਹਿਬ ਵੀ ਕਦੇ ਫੋਨ ਕਰਦੇ ਸੀ ਪਰ ਚੰਡੀਗੜ੍ਹ ਨਹੀਂ ਸੀ ਮੀਟਿੰਗ ਹੁੰਦੀ, ਉਹ ਹੁੰਦੀ ਦਿੱਲੀ ਸੀਗੀ। ਪਰ ਇਹ ਮੀਟਿੰਗ ਦੇ ਵਿੱਚ ਪਹਿਲਾਂ ਉਹ ਮੰਤਰੀ ਆਉਂਦੇ ਆ, ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਦੇ ਆ, ਅੱਧਾ ਘੰਟਾ ਪੌਣਾ ਘੰਟਾ ਘੰਟਾ, ਉਸ ਤੋਂ ਬਾਅਦ ਫਿਰ ਕਿਸਾਨਾਂ ਨਾਲ ਮੀਟਿੰਗ ਹੁੰਦੀ ਆ, ਜਿਹਦੇ ਵਿੱਚ 1-2 ਮੀਟਿੰਗਾਂ 'ਚ ਮੁੱਖ ਮੰਤਰੀ ਖੁਦ ਬੈਠੇ ਵੀ ਸੀ ਤੇ 1-2 ਮੀਟਿੰਗਾਂ 'ਚ ਪਹਿਲਾਂ ਉਹਨਾਂ ਨਾਲ ਮਿਲ ਕੇ ਚਲੇ ਗਏ ਸੀ। ਜਿਹੜੀ ਬੀਤੇ ਦੇ ਲਾਸਟ ਜਿਹੜੀ 4th ਗੇੜ ਦੀ ਮੀਟਿੰਗ ਹੋਈ ਉਹਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਬੈਠੇ ਸੀ ਔਰ ਉਹਨਾਂ ਨੇ ਕਿਹਾ ਵੀ ਇਹ ਸਹਿਮਤੀ ਕਾਫੀ ਹੱਦ ਤੱਕ ਜਿਹੜੀ MSP ਦੀ ਬਣਦੀ ਦਿਖਾਈ ਦਿੰਦੀ ਆ, ਹੁਣ ਇਹ ਕਿਸਾਨਾਂ ਤੇ ਆ ਵੀ ਦੇਖੋ ਤੁਸੀਂ ਇਹ MSP ਜਿਹੜੀ ਆ 3-4 ਹੋਰ ਫਸਲਾਂ ਤੇ ਲੈਣੀਆਂ ਜਾਂ ਨਹੀਂ ਲੈਣੀਆਂ ਜਾਂ ਕਿਵੇਂ ਕਰਨੀਆਂ। ਤਾਂ ਅੱਜ ਉਹਨਾਂ ਨੇ ਇਸ ਨੂੰ ਖਾਰਜ ਕਰਤਾ ਤੇ ਇਸ ਤਰ੍ਹਾਂ ਦੂਜਾ ਜਿਹੜਾ ਮੋਰਚਾ ਆਇਆ SKM ਆ, ਉਹਨਾਂ ਨੇ ਬੀਤੇ ਦਿਨ ਵੀ ਮੀਟਿੰਗ ਕੀਤੀ ਸੀ ਜਿਹਦੇ 'ਚ ਉਹ ਕਿਹਾ ਸੀ ਕਿ ਸਾਡਾ ਜਿਹੜਾ ਮੌਜੂਦਾ ਅੰਦੋਲਨ ਹੈ ਜਿਹੜਾ ਕਿ 2 ਜਥੇਬੰਦੀਆਂ ਲੈ ਕੇ ਤੁਰੀਆਂ, ਜਿਹਦਾ ਨਾਮ ਹੈ ਪਹਿਲਾਂ ਲੈ ਚੁੱਕਾ ਆ, ਵੀ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਅਸੀਂ ਉਸ ਅੰਦੋਲਨ ਦਾ ਹਿੱਸਾ ਨਹੀਂ ਹੈਗਾ, ਪਰ ਸਪੋਰਟ ਜ਼ਰੂਰ ਕਰ ਰਹੇ ਆ। ਜੇ ਆਪਾਂ ਗੱਲ ਕਰੀਏ ਉਗਰਾਹਾਂ ਗਰੁੱਪ ਦੀ, ਰਾਜੇਵਾਲ ਗਰੁੱਪ, ਲੱਖੋਵਾਲ ਗਰੁੱਪ, ਸਾਰੇ ਜਿਹੜੇ ਗਰੁੱਪ ਆ, ਕਾਦੀਆਂ ਗਰੁੱਪ ਆ, ਇਹ ਸਪੋਰਟ ਜ਼ਰੂਰ ਕਰ ਰਹੇ ਆ, ਕਰਨਾ ਪੈ ਗਿਆ ਉਹਨਾਂ ਨੂੰ ਕਿਉਂਕਿ ਸੋਸ਼ਲ ਮੀਡੀਆ ਤੇ ਫਿਰ ਉਹਨਾਂ ਦੀ ਵੀ ਆਲੋਚਨਾ ਬਹੁਤ ਹੋਣ ਲੱਗ ਪਈ ਸੀ ਕਿ ਹੁਣ ਉਹ ਜਿਹੜੇ ਵੱਡੇ ਵੱਡੇ ਲੀਡਰ ਆ ਇਹ ਕਦੋਂ ਆਉਣਗੇ, ਜਦੋਂ ਸਟੇਜ ਸਾਹਮਣੇ ਉਦੋਂ ਆਉਣੇ ਆ, ਸੋ ਉਹਨਾਂ ਨੇ ਵੀ ਹੌਲੀ ਹੌਲੀ ਸਪੋਰਟ ਕਰ ਲਿਆ। ਪਰ ਇੱਕ ਗੱਲ ਇਹਦੇ 'ਚ ਦੱਸਣੀ ਆਪਣੀ ਬਣਦੀ ਆ ਵੀ ਇਹ ਜਿਹੜੀ ਜਥੇਬੰਦੀ ਅੱਜ ਮੋਰਚਾ ਲਾ ਕੇ ਸ਼ੰਭੂ ਬੈਟਰ ਤੇ ਬੈਠੀ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਇਹ ਯਾਦ ਆਊਗਾ ਸਾਰਿਆਂ ਨੂੰ ਕਿ ਜਦੋਂ ਪਿਛਲਾ ਅੰਦੋਲਨ ਚੱਲਿਆ ਉਦੋਂ ਇਹ ਮੇਨ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਸੀ ਬਣੀ, ਇਹਨੇ ਸਾਰੇ ਅੰਦੋਲਨ ਦੌਰਾਨ ਆਪਣਾ ਸਟੇਜ, ਆਪਣਾ ਮੰਚ ਜਿਹੜਾ ਆ ਉਹ SKM ਦੇ ਮੰਚ ਤੋਂ ਵੱਖਰਾ ਹੀ ਲਾਇਆ ਸੀਗਾ, ਜਿੱਥੇ ਆਪਾਂ ਦੇਖਿਆ ਹੋਣਾ ਉਦੋਂ ਜਦੋਂ ਕਾਫੀ ਲੜਾਈ ਹੋਈ ਸੀ ਕਨਿਹੰਗ ਸਿੰਘ ਨੂੰ ਵੀ, ਉੱਥੋਂ ਦੇ ਰਿਹਾਇਸ਼ੀ ਜਿਹੜੇ ਪਿਛਲੇ ਘਰ ਦੇ ਰਹਿੰਦੇ ਸੀਗੇ ਉਹਨਾਂ ਦੁਆਰਾ ਲੜਾਈ ਹੋਣ ਕਰਕੇ ਉਹਦੀ ਕੁੱਟਮਾਰ ਵੀ ਹੋਈ ਸੀ। ਫਿਰ 26 ਜਨਵਰੀ ਵਾਲੇ ਦਿਨ ਜੋ ਹੋਇਆ ਸੀ ਉਹਦੇ ਵਿੱਚ ਵੀ ਦੋਸ਼ ਲੱਗ ਰਿਹਾ ਸੀਗਾ ਵੀ ਇਹਦੇ ਵਿੱਚ ਇਹਨਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਨੇ ਇਹ ਜਿਹੜਾ ਡਾਇਵਰਟ ਸੀ ਟਰੈਕਟਰ ਮਾਰਚ ਦਾ ਉਹਨੂੰ ਡਾਇਵਰਸ਼ਨ ਕਰ ਦਿੱਤੀ ਸੀ, ਡਾਇਵਰਟ ਕਰਤਾ ਸੀ ਔਰ ਉਹ ਜਿਹੜਾ ਡਾਇਵਰਸ਼ਨ ਹੋਇਆ ਸੀ ਉਹ ਲਾਲ ਕਿਲੇ ਵੱਲ ਚਲ ਗਿਆ ਸੀ ਤੇ ਜੋ ਹੋਇਆ ਸੀ ਉਹ ਸਾਰਿਆਂ ਸਾਹਮਣੇ ਆ ਵੀ ਕਿਵੇਂ ਉੱਥੇ ਜਾ ਕੇ ਨਿਸ਼ਾਨ ਸਾਹਿਬ 'ਤੇ ਲਾਇਆ ਗਿਆ ਤੇ ਉਹ ਉਦੋਂ ਵੀ ਸੰਘਰਸ਼ ਜਿਹੜਾ ਉਹ ਖਤਮ ਹੋਣ ਦੇ ਕੰਡੇ ਪਹੁੰਚ ਗਿਆ ਸੀ, ਜੇ ਰਕੇਸ਼ ਟਕਾਇਤ ਦੇ ਹੱਥਰੂ ਜਿਹੜੇ ਆ ਨਾ ਡਿੱਗਦੇ ਤਾਂ ਦੁਬਾਰਾ ਉਹ ਅੰਦੋਲਨ ਖੜਾ ਨਹੀਂ ਸੀ ਹੋਣਾ। ਸੋ ਇਹ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਇਹ ਕਿਸਾਨ ਅੰਦੋਲਨ 2.0 ਆ, ਨਿਕਲਦਾ ਕੀ ਆ ਕੀ ਨਹੀਂ ਨਿਕਲਦਾ, ਕਿਉਂਕਿ ਆਉਣ ਵਾਲੇ ਸਮੇਂ 'ਚ ਲੋਕ ਸਭਾ ਚੋਣਾਂ ਆ, ਉਹਦੇ ਲਈ ਚੋਣ ਜ਼ਾਬਤਾ ਲੱਗਣ ਵਾਲਾ ਆ, ਐਲਾਨ ਹੋਣ ਵਾਲਾ ਆ, ਕੋਈ ਕੈਬਿਨਟ ਦੀ ਮੀਟਿੰਗ ਨਹੀਂ ਹੋ ਸਕਦੀ, ਸੈਂਟਰ ਦੀ ਸੰਸਦ ਦਾ ਇਜਲਾਸ ਨਹੀਂ ਹੋ ਸਕਦਾ, ਕਾਨੂੰਨ ਬਣਾਉਣਾ ਤਾਂ ਦੂਰ ਦੀ ਗੱਲ ਆ, ਪਰ ਉਹਨਾਂ ਨੇ ਕਿਹਾ ਵੀ MSP ਤੁਹਾਡੇ ਵਾਸਤੇ ਹੀ ਹੈ, ਹੋਰ ਦੱਖਣ ਦੁੱਖਣ ਦੇ ਜਾਂ ਸੈਂਟਰ ਦੇ ਕਿਸਾਨਾਂ ਨੂੰ ਕਿਸੇ ਨੂੰ ਨਹੀਂ ਮਿਲ ਰਹੀ ਆ। ਪਰ ਹੁਣ ਦੇਖੋ ਕਿਸ ਕਰਵਟ ਲੈਂਦਾ ਆ, ਕਿਸਾਨਾਂ ਨੇ ਤਾਂ ਐਲਾਨ ਕਰਤਾ ਵੀ ਅਸੀਂ 21 ਤਰੀਕ ਨੂੰ ਦਿੱਲੀ ਕੂਚ ਕਰਾਂਗੇ, ਤੇ ਉਧਰੋਂ ਜਿਹੜਾ ਆ ਆਉਣ ਜਾਣ ਵਾਲਿਆਂ ਲਈ ਬਹੁਤ ਮੁਸ਼ਕਿਲ ਹੋਈ ਆ, ਵਪਾਰ ਠੱਪ ਹੋਇਆ ਪਿਆ, ਘੱਟੋ ਘੱਟ ਜਿੰਨੇ ਤਰੀਕ ਤੋਂ ਬੈਠੇ ਆ, ਜੇ ਹੁਣ ਤੱਕ ਅੰਦਾਜ਼ਾ ਲਾਈਏ ਤਾਂ ਰਫਲੀ 1000 ਕਰੋੜ ਤੋਂ ਉੱਪਰ ਦਾ ਨੁਕਸਾਨ ਜਿਹੜਾ ਵਪਾਰਕ ਤੌਰ ਤੇ ਹੋ ਗਿਆ, ਜਿਹੜਾ ਲੋਕਾਂ ਦਾ ਆਉਣ ਜਾਣ ਦਾ ਜਾਂ ਲੋਕਾਂ ਦੇ ਛੋਟੇ ਵਪਾਰੀਆਂ ਦਾ, ਉਹ ਕਿਸੇ ਗਿਣਤੀ 'ਚ ਨਹੀਂ ਪੈਣਾ। ਫਿਰ 2-3 ਦਿਨ ਤੋਂ ਸਾਰੇ ਪੰਜਾਬ ਦੇ
ਟੋਲ ਫਰੀ ਕੀਤੇ ਹੋਏ ਆ ਤੇ ਉਹਦਾ ਵੀ ਅੰਦਾਜ਼ਾ ਲਾ ਸਕਦੇ ਹਾਂ ਵੀ ਟੋਲ ਵਾਲਿਆਂ ਨੂੰ ਕਿੰਨਾ ਨੁਕਸਾਨ ਹੋਊਗਾ। ਸੋ ਹਲੇ ਵੀ ਪ੍ਰਦਰਸ਼ਨ ਜਾਮ ਦਾ ਜਿਹੜਾ ਚੱਕਰ ਆ ਉਹ ਪੰਜਾਬ ਦੇ ਵਿੱਚ ਬਦਸਤੂਰ ਜਾਰੀ। ਸੋ ਜਿਹੜੀ 21 ਤਰੀਕ ਨੂੰ ਅਵਤਾਰ ਜੀ ਕਾਲ ਆਈ ਹੈਗੀ ਭੰਦੇਰ ਸਾਹਿਬ ਨੇ ਕਿਹਾ ਕਿ ਆਪਾਂ 21 ਤਰੀਕ ਨੂੰ ਸ਼ਾਂਤਮਈ ਮੋਰਚਾ ਅੱਗੇ ਵਧਾਵਾਂਗੇ ਅਤੇ ਰਣਨੀਤੀ ਕੀ ਹੋਊਗੀ, ਕਿਉਂਕਿ ਜੇ ਆਪਾਂ ਦੇਖੀਏ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦਾ ਜਿਹੜਾ ਲਾਮ ਲਸ਼ਕਰ ਆ ਅਤੇ ਪ੍ਰਬੰਧ ਬਹੁਤ ਜ਼ਬਰਦਸਤ ਹੈ, ਕੀ ਕਿਸਾਨ ਅੱਗੇ ਵੱਧ ਪਾਉਣਗੇ ਅਤੇ ਰਣਨੀਤੀ ਕੀ ਹੋਏਗੀ? ਦੇਖੋ ਗੱਲ ਇਹ ਤਾਂ ਆ ਵੀ ਰਣਨੀਤੀ ਉਦੋਂ ਵੀ ਇਸੇ ਤਰੀਕੇ ਨਾਲ ਸੀਗੀ, ਰੋਕਣ ਦੀ ਕੋਸ਼ਿਸ਼ ਉਦੋਂ ਵੀ ਕੀਤੀ ਗਈ ਸੀ, ਪਰ ਇੰਨਾ ਤਾਮਝਾਮ ਨਹੀਂ ਸੀ ਜਿੰਨਾ ਹੁਣ ਕੀਤਾ ਆ, ਜਿੰਨਾ ਹੁਣ ਹਰਿਆਣਾ ਪ੍ਰਸ਼ਾਸਨ ਨੇ ਕਰ ਦਿੱਤਾ ਨਾ ਇੰਨਾ ਉਦੋਂ ਹੈ ਨਹੀਂ ਸੀ। ਪਰ ਇੱਧਰ ਜਿਹੜੇ ਆ ਜੋਸ਼ ਜਿਹਨੂੰ ਕਹਿੰਦੇ ਆ ਵੀ ਕਿਸਾਨਾਂ ਦੇ ਵਿੱਚ ਵੀ ਪੂਰਾ ਹੈਗਾ ਤੇ ਟਰੈਕਟਰਾਂ ਦੇ ਨਾਲ ਜੋ ਵੀ ਇਹਨਾਂ ਨੇ ਆਪਣਾ ਸਾਮ ਸੰਦਰਭ ਕੀਤਾ ਹੋਇਆ ਕਿਸ ਤਰੀਕੇ ਨਾਲ ਅੱਗੇ ਵਧਣਗੇ ਕਿੱਦਾਂ ਹੋਊਗਾ ਇਹ ਤਾਂ ਉਸ ਦਿਨ ਦੇ ਮੌਕੇ ਦਾ ਖੜੇ ਦਾ ਖਾਲਸਾ ਹੁੰਦਾ ਜੀ, ਲੰਘਿਆ ਲੰਘਿਆ ਨਹੀਂ ਤਾਂ ਰਹਿ ਗਿਆ। ਉਹ ਕੋਸ਼ਿਸ਼ ਉਹਨਾਂ ਵੱਲੋਂ ਵੀ ਹੋਣੀ ਆ, ਪਰ ਇਹ ਖੁਦਾ ਨਾ ਖਾਸਤਾ ਚਿੰਤਾ ਵਾਲੀ ਗੱਲ ਇਹ ਆ ਵੀ ਕਿਤੇ ਇਹੋ ਜਿਹੀ ਕੋਈ ਅਣਹੋਣੀ ਨਾ ਵਾਪਰ ਜਾਏ, ਕੋਈ ਕਿਸੇ ਤਰੀਕੇ ਨਾਲ ਕੋਈ ਮਾਹੌਲ ਖਰਾਬ ਕਰਨ ਵਾਲੀ ਗੱਲ ਨਾ ਹੋ ਜਾਏ, ਕਿਤੇ ਹਰਿਆਣਾ ਪ੍ਰਸ਼ਾਸਨ ਕੋਈ ਸਖ਼ਤੀ ਵਾਲਾ ਕਦਮ ਹੋਰ ਇਹ ਤੋਂ ਵੱਧ ਨਾ ਕਰ ਲੈ ਜਾਵੇ, ਕਿਉਂਕਿ ਉਹਨਾਂ ਕੋਲ ਤਾਂ ਦੇਖੋ ਸੁਰੱਖਿਆ ਬਲ ਆ, ਉਹਨਾਂ ਨੇ ਇੱਕ ਆਰਡਰ ਦੀ ਉਡੀਕ ਹੁੰਦੀ ਆ, ਜੇ ਆਰਡਰ ਮਿਲ ਗਿਆ ਤਾਂ ਉਹਨਾਂ ਨੇ ਕੰਮ ਕਰ ਦੇਣਾ। ਤੇ ਇੱਧਰ ਜਿਹੜਾ ਆ ਨੌਜਵਾਨੀ ਦਾ ਜੋਸ਼ ਹੈ, ਜਿਵੇਂ ਉਦੋਂ ਤੋਂ ਆਪਾਂ ਦੇਖਦੇ ਹਾਂ, ਤੁਸੀਂ ਵੀ ਵੀਡੀਓ ਆਈ ਆ ਕਿਵੇਂ ਉਹ ਉਹਨਾਂ ਨੂੰ ਉਹਦੇ ਬੁਰੇ ਬਫਾਲਾ ਕਰਦੇ ਆ, ਉਹਨਾਂ ਨੂੰ ਕਰਦੇ ਆ ਵੀ ਅਸੀਂ ਤਾਂ ਲੰਘੇ ਦਿਖਾਵਾਂਗੇ। ਪਰ ਇਹ ਟਕਰਾਅ ਦੀ ਸਥਿਤੀ ਨਾਲੋਂ ਜੇ ਗੱਲ ਇੱਥੇ ਆਉਂਦੀ ਆ ਵੀ ਬੈਠ ਕੇ ਗੱਲ ਕਰ ਲਈ ਜਾਵੇ, ਟੇਬਲ ਟਾਕ ਦੁਬਾਰਾ ਕਰ ਲਈ ਜਾਵੇ, ਹੋ ਸਕਦਾ ਤੁਹਾਡਾ ਦਿਨ ਅਜੇ ਹੈਗਾ ਹੈ, ਕੇਂਦਰ ਦੁਬਾਰਾ ਇਹਨਾਂ ਨੂੰ ਕੋਈ ਗੱਲਬਾਤ ਦਾ ਸੱਦਾ ਦੇ ਦੇਵੇ, ਸ਼ਾਇਦ ਇਹਨਾਂ ਦੀ ਕੋਈ ਬੈਠ ਕੇ ਮੀਟਿੰਗ ਦੁਬਾਰਾ ਇੱਕ ਅਰੇਂਜ ਹੋ ਜਾਏ, ਸ਼ਾਇਦ ਮੁੱਖ ਮੰਤਰੀ ਸਾਹਿਬ ਵੀ ਦੁਬਾਰਾ ਅਰੇਂਜ ਕਰਵਾ ਦੇਣ ਜਿੱਦਾਂ ਪਹਿਲੀਆਂ ਚਾਰ ਕਰਵਾਈਆਂ, ਤੇ ਕਿਤੇ ਨਾ ਕਿਤੇ ਮਸਲੇ ਦਾ ਹੱਲ ਜਿਹੜਾ ਆ। ਆਖਿਰ ਚ ਗੱਲ ਤਾਂ ਫਿਰ ਵੀ ਟੇਬਲ ਟਾਕ ਨਾਲ ਹੀ ਹੋਣੀ ਹੈ ਨਾ, ਜਿਵੇਂ ਉਦੋਂ ਵੀ ਦੇਖੋ ਜਦੋਂ ਅੰਦੋਲਨ ਚੱਲਿਆ ਸੀਗਾ 11-12 ਗੇੜ ਦੀ ਗੱਲਬਾਤ ਹੋਈ ਸੀਗੀ, ਤੇ ਉਸ ਤੋਂ ਬਾਅਦ ਗੱਲਬਾਤ 22 ਜਨਵਰੀ ਤੋਂ ਲੈ ਕੇ 9 ਮਹੀਨੇ ਗੱਲਬਾਤ ਠੱਪ ਰਹੀ, ਕੋਈ ਸੱਦਾ ਨਹੀਂ ਕੇਂਦਰ ਵੱਲੋਂ ਆਇਆ ਜੀ, ਇਹ ਉਡੀਕਦੇ ਰਹੇ ਜੀ ਕਿਸਾਨ ਵੀ ਸਾਨੂੰ ਬੁਲਾਉਂਦੇ ਜਾਵਾਂਗੇ, ਅਸੀਂ ਨਾਂਹ ਨਹੀਂ ਕੀਤੀ, ਉਹਨਾਂ ਨੇ ਕੁਛ ਨੀ ਬੁਲਾਇਆ ਸੀ, ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਮੋਦੀ ਸਾਹਿਬ ਨੇ ਆ ਕੇ ਐਲਾਨ ਕਰਤਾ ਸੀਗਾ ਕਿ ਅਸੀਂ ਉਹ ਖੇਤੀ ਕਰੂ ਵਾਪਸ ਲੈਂਦੇ ਹਾਂ। ਉਹ ਡੈਡ ਲਾਕ 9 ਮਹੀਨੇ ਬਣਿਆ ਰਿਹਾ ਸੀ, ਹੁਣ ਜੇ ਡੈਡ ਲਾਕ ਇਹ ਬਣਿਆ ਰਹਿੰਦਾ ਆ, ਜੇ ਗੱਲਬਾਤ ਨਹੀਂ ਅੱਗੋਂ ਤੁਰਦੀ ਆ, ਜੇ ਕੇਂਦਰ ਦੁਬਾਰਾ ਗੱਲਬਾਤ ਲਈ ਨਹੀਂ ਸੱਦਦਾ, ਤਾਂ ਫਿਰ ਇਹ ਜਿਹੜੀ ਸਥਿਤੀ ਆ ਜੋ ਦਿਸਦੀ ਆ ਜਿੱਦਾਂ ਦੀ ਭਿਆਨਕ ਇਹ 7-8 ਦਿਨ ਦੇ ਜੀ, ਉਦੋਂ ਕਹਿੰਦੇ ਜ਼ਿਆਦਾ ਭਿਆਨਕ ਨਾ ਹੋ ਜਾਏ ਇਸ ਗੱਲ ਨੂੰ ਲੈ ਕੇ, ਪੰਜਾਬ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ, ਪਰ ਇਹਦੇ ਲਈ ਇੱਕ ਸੁਖਾਵਾਂ ਮਾਹੌਲ ਤਾਂ ਹੀ ਬਣੂਗਾ, ਗੱਲਬਾਤ ਰਾਹੀਂ ਹੱਲ ਕੱਢਿਆ ਜਾ ਸਕਦਾ। ਵੈਸੇ ਜਿਹੜਾ ਇਹ ਧੱਕੋ ਜੋਰੀ ਜੇ ਕਹਿ ਦਈਏ ਤੇ ਉਹ ਹੱਲ ਮੁਸ਼ਕਿਲ ਆ, ਪਰ ਹਰਿਆਣੇ ਦੀ ਵੇਚ ਇੱਕ ਆਉਂਦੀ ਆ ਵੀ ਜਾਣਾ ਇਹਨਾਂ ਨੇ ਦਿੱਲੀ ਆ, ਤੁਹਾਡਾ ਤਾਂ ਕੋਈ ਲਾਗਾ ਦੇਗਾ ਵੀ ਹੈ ਨਹੀਂ, ਤੁਹਾਡੇ ਤਾਂ ਇੱਕ ਰਸਤਾ ਪੈਸੇ ਦਿਆ, ਕੱਲ ਨੂੰ ਹਰਿਆਣੇ ਵਾਲੇ ਜੇ ਜੰਮੂ ਕਸ਼ਮੀਰ ਵੱਲ ਨੂੰ ਜਾਣ ਪੰਜਾਬ ਇਹਦੀ ਸੰਕੇਤ ਪੰਜਾਬ ਜੇ ਤਾਂ ਕਰ ਦੇਵੇ ਤੇ ਫਿਰ ਉੱਥੇ ਤਾਂ ਗੱਲ ਖੜਾ ਹੋ ਜਾਂਦੀ ਨਾ, ਤੇ ਤੁਸੀਂ ਉਹਨੂੰ ਜਾਣ ਦਿਓ ਦਿੱਲੀ ਵਾਲੇ ਰੋਕਣ ਜਾ ਕੇ, ਦਿੱਲੀ ਵਾਲੇ ਰੋਕਦੇ ਰੁਕੀ ਜਾਣ, ਉਹਨਾਂ ਨੂੰ ਤੁਰਦਾ ਤਾਂ ਕੋਈ ਗੱਲੇ ਨੀ ਹੈਗੀ ਵੀ ਤੁਸੀਂ ਅੱਗੇ ਇੱਥੇ ਮਾਹੌਲ ਖਰਾਬ ਕਰਨਗੇ, ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਹਿ ਰਹੇ ਆ ਤੇ ਹੁਣ ਲੰਘਣ ਵੇਲੇ ਨੇ ਕੀ ਮਾਹੌਲ ਕਰ ਰਹੇ ਆ। ਆਪਾਂ ਹੁਣ ਦਿੱਲੀ ਪਤਾ ਨੀ ਕਿੰਨੀ ਵਾਰੀ ਜਾਂਦੇ ਆ, ਜੋ ਏਅਰਪੋਰਟ ਜਾਂਦੇ ਆ ਕਿੰਨਾ ਕੁ ਆਪਾਂ ਉਹ ਹੁੜਤੰਗ ਬਿਤਾ ਕੇ ਜਾਂਦੇ ਆ, ਰਸਤਾ ਯੂਜ ਕਰਦੇ ਆ, ਤੇ ਉਹਨਾਂ ਦੀ ਵੀ ਇੱਕ ਸਮਝ ਤੋਂ ਪਰੇ ਆ ਵੀ ਉਹਨਾਂ ਨੇ ਕਿਸਾਨ ਨੂੰ ਕਿਉਂ ਰੋਕਿਆ ਹੋਇਆ ਵੀ ਜਾ ਲੈਣ ਦੇ ਉਹ ਦਿੱਲੀ ਜਿੱਥੇ ਬਹਿ ਜਾਣ ਕੇ ਜਾ। ਦੇਖਦੇ ਹਾਂ ਜੀ ਕੀ ਹੁੰਦਾ, ਆਸ ਰੱਖਦੇ ਹਾਂ ਕਿ ਹੋ ਸਕਦਾ ਜਿਵੇਂ 4 ਗੇੜ ਦੀ ਮੁਲਾਕਾਤ ਹੋਈ ਆ, ਗੱਲਬਾਤ ਹੋਈ ਆ, ਕੁਛ ਹੋਰ ਜਿਹੜੀਆਂ ਮੀਟਿੰਗਸ ਉਹ ਤੈਅ ਕੀਤੀਆਂ ਜਾਣ ਅਤੇ ਕਿਸੇ ਨਤੀਜੇ 'ਤੇ ਪਹੁੰਚਿਆ ਜਾ ਸਕੇ, ਔਰ ਕੋਈ ਜਿਵੇਂ ਤੁਸੀਂ ਕਿਹਾ ਕਿ ਅਣਸਖਾਵੀ ਘਟਨਾ ਨਾ ਵਾਪਰੇ, ਇਹੀ ਅਸੀਂ ਤਾਂ ਆਸ ਅਰਦਾਸ ਕਰ ਸਕਦੇ ਹਾਂ। ਵਧਦੇ ਜੀ ਆਪਾਂ ਅਗਲੀ ਖਬਰ ਵੱਲ, ਚੰਡੀਗੜ੍ਹ ਦੇ ਮੇਅਰ ਦਾ ਰੇੜਕਾ ਕਾਫੀ ਹਲੇ ਜਾਰੀ ਹੈ ਅਤੇ ਕੋਰਟ ਵੱਲੋਂ ਕੀ ਹੁਕਮ ਹੈ ਅਤੇ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਆ ਚੰਡੀਗੜ੍ਹ ਦੇ ਵਿੱਚ, ਕੌਣ ਕਿਹਦੇ ਨਾਲ ਬੈਠਾ ਅਤੇ ਕੀ ਬਣ ਰਿਹਾ, ਕੀ ਖਿਚੜੀ ਪੱਕ ਰਹੀ ਹੈ ਜੀ ਉੱਥੇ? ਬਿਲਕੁਲ ਜੀ, ਸੁਪਰੀਮ ਕੋਰਟ ਨੇ ਬੜਾ ਸਖ਼ਤ ਦਬਕਾ ਮਾਰਿਆ ਸੀਗਾ ਵੀ ਤੁਸੀਂ ਤਾਂ ਲੋਕਤੰਤਰ ਦਾ ਲੋਕਤੰਤਰ ਦਾ ਇਸ ਤਰੀਕੇ ਨਾਲ ਅਸੀਂ ਘਾਣ ਨਹੀਂ ਹੋਣ ਦੇਣਾ, ਤੁਸੀਂ ਇਹ ਗ਼ਲਤ ਜੋ ਕੁਛ CCTV ਤੇ ਦੇਖਿਆ ਉਹਨਾਂ ਨੂੰ ਵੀ ਦਿਖਾ ਲਿਆ ਗਿਆ। ਤੇ ਉਸ ਤੋਂ ਬਾਅਦ ਫਿਰ ਅੱਜ ਸੁਣਵਾਈ ਸੀ ਤੇ ਇੱਕ ਦਿਨ ਪਹਿਲਾਂ ਹੀ ਜਿਹੜੇ ਕਿ ਉਹ ਮੇਅਰ ਬਣੇ ਸੀਗੇ BJP ਦੇ, ਇਸ ਢੰਗ ਤਰੀਕੇ ਨਾਲ ਉਹਨਾਂ ਇੱਕਦਮ ਅਸਤੀਫਾ ਦੇ ਦਿੱਤਾ ਤੇ ਆਪ ਦੇ ਜਿਹੜੇ 3 ਕੌਂਸਲਰ ਸੀਗੇ ਉਹ ਪਾਲਾ ਬਦਲ ਕੇ BJP 'ਚ ਸ਼ਾਮਿਲ ਹੋ ਗਿਆ, ਤਾਂ ਉਹਨਾਂ ਨੂੰ ਅਰੁਣ ਸੂਦ ਆ ਜਿਹੜੇ ਚੰਡੀਗੜ੍ਹ ਦੇ ਸਾਬਕਾ ਮੇਅਰ ਭਾਜਪਾ ਦੇ ਰਹੇ, ਉਹਨਾਂ ਨੇ ਦਿੱਲੀ 'ਚ ਸ਼ਾਮਿਲ ਕਰਾਇਆ, ਜਿਹਦੇ 'ਚ 2 ਲੇਡੀਜ਼ ਕੌਂਸਲਰ ਸੀ ਤੇ 1 ਗੁਰਚਰਨ ਸਿੰਘ ਕਾਲਾ ਜਿਹੜਾ, ਜਿਹਦਾ ਨਾਂ ਕਾਫੀ ਉਦੋਂ ਵੀ ਸਾਹਮਣੇ ਆਉਂਦਾ ਰਿਹਾ ਜਦੋਂ ਇਹ ਸਾਰਾ ਘਟਨਾਕ੍ਰਮ ਚੱਲਿਆ। ਸੋ 3 ਜਿਹੜੇ ਕੌਂਸਲਰ ਆ ਉਹ BJP 'ਚ ਜਾਣ ਨਾਲ BJP 'ਚ ਆਪਣੇ ਆਪ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਆ ਬਹੁਮਤ ਹੋ ਗਿਆ। ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅੱਜ ਸੁਣਵਾਈ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਰਿਟਰਨਿੰਗ ਅਫਸਰ ਸੀਗਾ ਮਸੀਹ ਜਿਹੜਾ,
ਉਹਨੇ ਸਵੀਕਾਰ ਕੀਤੀ ਵੀ ਹਾਂ ਉਹਨੇ ਉਹ ਬੈਲਟ ਪੇਪਰ ਦੀ ਟੈਂਪਰਿੰਗ ਕੀਤੀ ਸੀ ਜੋ ਉੱਥੇ ਅਦਾਲਤੀ ਕਾਰਵਾਈ ਚੋਂ ਨਿਕਲ ਕੇ ਸਾਹਮਣੇ ਆਇਆ। ਸੋ ਉਹਨਾਂ ਨੇ ਉਹਨੇ ਕਿਹਾ ਵੀ ਇਸ ਜਿਹੜਾ ਰਿਟਰਨਿੰਗ ਅਫਸਰ ਬਣਿਆ ਸੀ ਉਦੋਂ ਮਸੀਹ ਉਹਦੇ ਉੱਤੇ ਵੀ ਕੇਸ ਚੱਲਣਾ ਚਾਹੀਦਾ, ਉਹ ਇਸ ਗੱਲ ਦਾ ਦੁਖੀ ਆ ਵੀ ਉਹਨੇ ਇਸ ਲੋਕਤੰਤਰ ਦੀ ਪ੍ਰਕਿਰਿਆ ਦੇ ਵਿੱਚ ਇਸ ਤਰੀਕੇ ਦਾ ਕੰਮ ਕਿਉਂ ਕੀਤਾ। ਹੁਣ ਪੂਰਾ ਬਹੁਮਤ ਹੈਗਾ ਉਹਨਾਂ ਕੋਲ, ਸੁਪਰੀਮ ਕੋਰਟ 'ਚ ਸੁਣਵਾਈ ਚੱਲਦੀ ਪਈ, ਸੁਪਰੀਮ ਕੋਰਟ ਨੇ ਉਦਣ ਵਾਲੇ ਬੈਲਟ ਮੰਗਾ ਲਏ ਆ, ਉਹਦੀ ਸ਼ਾਇਦ ਦੁਬਾਰਾ ਉਹ ਗਿਣਤੀ ਕਰਕੇ ਦੇਖਣਗੇ ਵੀ ਜਿਹੜੇ ਇੱਕ ਇਹਨਾਂ ਨੇ ਵੱਲੋਂ ਟੈਂਪਰਿੰਗ ਕੀਤੀ ਉਹ ਸਾਈਡ ਤੇ ਰੱਖ ਲਓ, ਬਾਕੀ ਗਿਣਤੀ ਕਰਕੇ ਦੇਖਦੇ ਆ ਤੇ ਇਹਦਾ ਕੀ ਨਤੀਜਾ ਹੁੰਦਾ ਹੈ। ਪਰ ਹੁਣ ਨਤੀਜਾ ਚਾਹੇ ਜੋ ਵੀ ਆਵੇ, ਕਿਉਂਕਿ ਬੀਜੇਪੀ 'ਚ ਜਦੋਂ 3 ਕੌਂਸਲਰ ਸ਼ਾਮਲ ਹੋ ਗਏ ਤੇ ਉਹਨਾਂ ਦੀ ਬਹੁਮਤ ਆਪਣੇ ਆਪ 'ਚ ਬਣ ਗਈ ਤੇ ਉਹ ਫਿਰ ਜਿਹੜਾ ਉਦੋਂ ਦੇ ਬੈਲਟ ਨੂੰ ਸਹੀ ਮੰਨਦਾ ਸੁਪਰੀਮ ਕੋਰਟ ਜਾਂ ਦੁਬਾਰਾ ਵੋਟਿੰਗ ਕਰਾਉਂਦਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਫਿਲਹਾਲ ਜਿਹੜਾ ਬਹੁਮਤ ਹੈ ਬੀਜੇਪੀ ਦੇ ਹੱਥ ਆ, ਆਮ ਆਦਮੀ ਪਾਰਟੀ ਦੇ ਵਿੱਚੋਂ 3 ਜਿਹੜੇ ਆ ਉਹ ਨਿਕਲ ਕੇ ਇੱਧਰ ਚਲ ਗਏ ਆ ਬੀਜੇਪੀ ਵਾਲੇ ਪਾਸੇ। ਸੋ ਵੱਧਦੇ ਜੀ ਆਪਾਂ ਅਗਲੀ ਖਬਰ ਵੱਲ। ਕੇਜਰੀਵਾਲ ਸਾਹਿਬ ਹਲੇ ਵੀ ਨਹੀਂ ਪੇਸ਼ ਹੋ ਰਹੇ ਈਡੀ ਦੇ ਸਾਹਮਣੇ, ਅਤੇ ਕੀ ਇਹਨਾਂ ਨੂੰ ਸੁਣਨ 'ਚ ਆਇਆ ਕਿ ਥੋੜ੍ਹੀ ਬਹੁਤੀ ਰਾਹਤ ਦਿੱਤੀ ਆ, ਅਤੇ ਇੰਨੀਆਂ ਇਹਨਾਂ ਨੂੰ ਸੰਭਣ ਆਇਆ ਹੁਣ ਤੱਕ ਕਿ ਪੇਸ਼ ਨੇ, ਹੁਣ ਇਹਨਾਂ ਨੇ ਕਹਿੰਦੇ ਰਾਹਤ ਦਿੱਤੀ ਆ ਥੋੜ੍ਹੀ ਜਿਹੀ, ਅਤੇ ਪਹਿਲਾਂ ਕਿਉਂ ਨਹੀਂ ਰਾਹਤ ਦਿੱਤੀ? ਅਤੇ ਜਦੋਂ ਆਪਾਂ ਵੇਖ ਰਹੇ ਹਾਂ ਕਿ ਵਾਰ ਵਾਰ ਉਹ ਜਿਹੜੇ ਹੁਕਮ ਹੈਗੇ ਆ ਉਹਨਾਂ ਦੀ ਹੁਕਮ ਦੀ ਅਦੋਲੀ ਨਹੀਂ ਕਰ ਰਹੇ, ਅਤੇ ਹੁਣ ਕਿਉਂ ਇਹਨਾਂ ਨੇ ਸਮਾਂ ਦਿੱਤਾ ਹੋਰ ਇਹਨਾਂ ਨੂੰ, ਅਤੇ ਕੀ ਮਾਜਰਾ ਕੀ ਹੈ ਪੂਰਾ ਜੀ? ਬਿਲਕੁਲ ਜੀ, 5 ਸੰਮਣ ਜਿਹੜੇ ਜਾਰੀ ਕੀਤੇ ਹੋਏ ਸੀ ਈਡੀ ਨੇ, ਤੇ ਜਦੋਂ 5 ਸੰਮਣਾਂ ਦੇ ਵਿੱਚ ਨਹੀਂ ਉਹ ਪਹੁੰਚੇ, ਗਾਹੇ ਬਗਾਏ ਉਹ ਕੋਈ ਨਾ ਕੋਈ ਬਹਾਨਾ ਲਾਉਂਦੇ ਰਹੇ ਜਾਂ ਕੋਈ ਨਾ ਕੋਈ ਐਕਸਕਿਊਜ਼ ਦੱਸਦੇ ਰਹੇ, ਪਰ ਫਿਰ ਈਡੀ ਚਲੇ ਗਈ ਅਦਾਲਤ ਦੇ ਵਿੱਚ। ਅਦਾਲਤ ਜਾ ਕੇ ਕਿਹਾ ਵੀ ਸਾਡੇ ਇਹ ਬੁਲਾਇਆ ਤੇ ਆਉਂਦਾ ਨਹੀਂ, ਇੱਕ ਏਜੰਸੀ ਦੀ ਇਹ ਤੌਹੀਨ ਕਰ ਰਿਹਾ ਜਿਹੜੀ ਕਿ ਨਿਰਪੱਖ ਜਾਂਚ ਏਜੰਸੀ ਆ। ਜੇ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਹੋ ਕੇ ਇਹ ਜਿਹਾ ਕੰਮ ਕਰੂਗਾ ਤੇ ਆਮ ਨਾਗਰਿਕ ਉਹ ਸਾਡੇ ਬੁਲਾਇਆ ਤੇ ਕਿੱਥੇ ਆਵੇਗਾ? ਸੋ ਅਦਾਲਤ ਨੇ ਫਿਰ ਇਹਨਾਂ ਨੂੰ ਆਪਣੇ ਕੋਲ ਪੇਸ਼ ਹੋਣ ਦੀ ਤਰੀਕ 17 ਫਰਵਰੀ ਦਿੱਤੀ ਸੀ। 17 ਫਰਵਰੀ ਵਾਲੇ ਦਿਨ ਕੀ ਕੀਤਾ ਇਹਨਾਂ ਨੇ, ਉਸ ਤੋਂ 1 ਦਿਨ ਪਹਿਲਾਂ ਇਜਲਾਸ ਬੁਲਾ ਲਿਆ ਆਪਣਾ ਦਿੱਲੀ ਕੈਬਨਿਟ, ਦਿੱਲੀ ਵਿਧਾਨ ਸਭਾ ਦਾ, ਔਰ 17 ਵਾਲੇ ਦਿਨ ਰੱਖ ਲਿਆ ਕਿ ਕੇਜਰੀਵਾਲ ਸਾਹਿਬ ਆਪਣਾ ਵਿਸ਼ਵਾਸ ਮਤ ਭਰੋਸੇ ਦਾ ਮਤ ਹਾਸਲ ਕਰਨ ਗਿਆ ਹੈ। ਵੀ ਕਿਸੇ ਨੇ ਉਹਨਾਂ ਨੂੰ ਕਿਹਾ ਨਹੀਂ, ਕਿਸੇ ਨੇ ਉਹਨਾਂ ਤੋਂ ਮੰਗ ਨਹੀਂ ਕੀਤੀ। ਵਿਸ਼ਵਾਸ ਮਤ ਤਾਂ ਕਿਹਾ ਜਾਂਦਾ ਜੇ ਕੋਈ ਸਰਕਾਰ ਅਲਪ ਮਤ 'ਚ ਆ ਜਾਵੇ, ਘੱਟ ਗਿਣਤੀ 'ਚ ਆ ਜਾਵੇ, ਉਹ ਆਪ ਦੇ ਵਿਸ਼ਵਾਸ ਮਤ ਆਪ ਦੇ ਵਿਧਾਇਕਾਂ ਦੇ ਆਪ ਹੀ ਲਈ ਜਾਂਦੇ ਆ। ਹਾਲਾਂਕਿ ਇਸ ਗੱਲ ਦਾ ਵੀ ਸਾਰਿਆਂ ਨੂੰ ਪਤਾ ਆ ਵੀ ਜੇ ਤੁਹਾਡੇ ਵਿਧਾਇਕਾਂ ਦਾ ਤੁਹਾਡੇ 'ਚ ਵਿਸ਼ਵਾਸ ਹੈਗਾ ਕਰਕੇ ਤੁਸੀਂ ਮੁੱਖ ਮੰਤਰੀ ਬਣੇ ਹੋਏ ਆ। ਜੇ ਵਿਸ਼ਵਾਸ ਉਹਨਾਂ ਦਾ ਨਾ ਹੁੰਦਾ ਤਾਂ ਕਾਹਨੂੰ ਉਹਨਾਂ ਨੇ ਬਣਾਉਣਾ ਸੀਗਾ? ਸੋ ਉਹਨਾਂ ਨੇ ਉਸ ਤਰੀਕ ਉਸੇ ਤਰੀਕ ਨੂੰ ਰੱਖ ਲਿਆ ਵਿਧਾਨ ਸਭਾ ਦਾ ਇਜਲਾਸ, ਤੇ ਉੱਥੋਂ ਭਰੋਸੇ ਦਾ ਵੋਟ ਉਹ ਸ਼ਾਮ ਤੱਕ ਜਿੱਤ ਗਏ, ਤੇ ਉਹਨਾਂ ਨੇ ਅਦਾਲਤ ਵਿੱਚ ਇਹ ਇੱਕ ਲਿਖਤੀ ਤੌਰ ਤੇ ਜਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋ ਕੇ ਕਹਿ ਦਿੱਤਾ ਕਿ ਅੱਜ ਮੈਂ ਵਿਧਾਨ ਸਭਾ ਦੇ ਇਜਲਾਸ ਵਿੱਚ ਮਸ਼ਰੂਫ ਹਾਂ, ਇਸ ਕਰਕੇ ਮੈਂ ਪੇਸ਼ ਨਹੀਂ ਹੋ ਸਕਦਾ। ਤੇ ਅਦਾਲਤ ਨੇ ਉਹਨਾਂ ਨੂੰ 16 ਮਾਰਚ ਤੱਕ ਦੀ ਰਾਹਤ ਦੇ ਦਿੱਤੀ ਹੈ ਵੀ ਠੀਕ ਹੈ, ਤੁਸੀਂ ਕੋਈ ਨਹੀਂ 16 ਮਾਰਚ ਨੂੰ ਜਾ ਕੇ ਨਿੱਜੀ ਤੌਰ ਤੇ ਪੇਸ਼ ਹੋਣਾ। ਤੇ ਇਸ ਦੌਰਾਨ ਹੀ ਈਡੀ ਨੇ 6ਵਾਂ ਸੰਮਣ ਜਿਹੜਾ ਆ 19 ਫਰਵਰੀ ਦਾ ਦਿੱਤਾ ਹੋਇਆ ਸੀਗਾ, ਤੇ ਅੱਜ ਜਿਹੜਾ ਉਹ ਫਰਵਰੀ ਨੂੰ ਪੇਸ਼ ਹੋਣਾ ਸੀ, ਤਾਂ ਅੱਜ ਫਿਰ ਉਹਨਾਂ ਨੇ ਈਡੀ ਨੂੰ ਕਿਹਾ ਕਿ ਤੁਸੀਂ ਰੋਕੋ, ਅਦਾਲਤ ਦਾ ਫੈਸਲਾ ਆ ਲੈਣ ਦਿਓ, ਤੁਹਾਡੇ ਹੁਣ ਸੰਮਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਤੁਸੀਂ ਤੁਹਾਡੇ ਨਾਲ ਵੀ ਬਾਅਦ 'ਚ ਕਰਾਂਗੇ, ਪਹਿਲਾਂ ਅਦਾਲਤ ਦਾ ਜਿਹੜਾ ਫੈਸਲਾ ਉਹ ਆਉਣ ਦਿਓ। ਹੁਣ ਅਦਾਲਤ ਨੇ 16 ਤਰੀਕ ਨੂੰ ਇਹਨਾਂ ਦੀ ਪੇਸ਼ੀ ਹੁੰਦੀ ਆ ਕਿ ਫਿਰ ਦੁਬਾਰਾ ਕੋਈ ਨਾ ਕੋਈ ਬਹਾਨਾ ਲਾਉਂਦੇ ਆ ਜਾਂ ਕੋਈ ਐਕਸਕਿਊਜ਼ ਦੱਸਦੇ ਆ, ਤਾਂ ਜੇ ਪੇਸ਼ ਹੁੰਦੇ ਆ ਤਾਂ ਅਦਾਲਤ ਇਹਨਾਂ ਨੂੰ ਕੀ ਨਵਾਂ ਆਦੇਸ਼ ਦਿੰਦੀ ਆ, ਉਹਦੇ 'ਤੇ ਨਿਰਭਰ ਕਰੂਗਾ ਈਡੀ ਦੀ ਅਗਲੀ ਕਾਰਵਾਈ। ਫਿਲਹਾਲ ਇਹਨਾਂ ਨੂੰ ਅਜੇ 1 ਮਹੀਨੇ ਦੀ ਮੋਹਲਤ ਮਿਲਣੀ। ਸੋ ਜਿਸ ਤਰ੍ਹਾਂ ਆਪਣੇ ਉਹ ਭਾਜਪਾ ਦੇ ਸੰਸਦ ਹੈਗੀ ਹੈ ਇੱਕ ਪ੍ਰਵੇਸ਼ ਵਰਮਾ, ਉਹ ਕਹਿੰਦੇ ਕੇਜਰੀਵਾਲ ਜਲਦੀ ਜੇਲ੍ਹ ਜਾਣਗੇ, ਕੀ ਇਸ ਤਰ੍ਹਾਂ ਦੇ ਆਸਾਰ ਬਣ ਰਹੇ ਆ ਜਾਂ ਇਹ ਚੀਜ਼ ਹੋ ਸਕਦੀ ਹੈ ਜਾਂ ਕੇਜਰੀਵਾਲ ਨੂੰ ਵੀ ਜੇਲ੍ਹ ਜਾਣਾ ਪੈ ਸਕਦਾ? ਨਹੀਂ, ਇਹ ਤਾਂ ਦੇਖੋ 7 ਅਕਤੂਬਰ ਦੇ ਸੁਣਨ ਤੇ ਆ ਰਹੇ ਆ ਜੀ ਬੀਜੇਪੀ ਦੇ ਸਾਰੇ ਆਗੂਆਂ ਦੇ ਬਿਆਨ, ਬਸ ਫੜਿਆ ਜਾਣ ਵਾਲਾ ਜੀ, ਜਲਦੀ ਫੜ ਲਿਆ ਜਾਣਾ, ਜਲਦੀ ਅੰਦਰ ਚਲੇ ਜਾਣਾ, ਜਲਦੀ ਇੱਦਾਂ ਹੋ ਜਾਣਾ। ਪਰ ਹਜੇ ਉਹ ਪ੍ਰੋਸੈਸ ਦੇ ਵਿੱਚ ਆ ਜਾਂ ਕਿਵੇਂ ਆ, ਉਹਨਾਂ ਦੀ ਕੀ ਪ੍ਰਕਿਰਿਆ, ਕਿਵੇਂ ਕੰਮ ਕਾਜ ਕਰਦੇ ਆ ਵੀ 6 ਸੰਮਣ ਦੇ ਦਿੱਤੇ ਆ, ਹੁਣ 1 ਸੰਮਣ ਦੀ ਹੋਰ ਤਿਆਰੀ ਕਰ ਰਹੀ ਆ ਈਡੀ। ਇਵੇਂ ਉਹਦੇ ਨਾਲ ਹੋਇਆ ਸੀ ਝਾਰਖੰਡ ਦੇ ਮੁੱਖ ਮੰਤਰੀ ਜਿਹੜੇ ਹੇਮੰਤ ਸੋਰੇਨ, ਉਹਨੂੰ ਵੀ 4-5 ਸੰਮਣ ਚਲ ਗਏ ਸੀਗੇ, ਨਹੀਂ ਆਇਆ ਤਾਂ ਫਿਰ ਉਹਨੂੰ ਲਾਸਟ ਵਾਰ ਕਹਿਤਾ ਸੀ ਕਿ ਹੁਣ ਤੇਰੀ ਗ੍ਰਿਫਤਾਰੀ ਤੈਅ ਆ, ਉਹ ਵੀ ਉਹਦਾ ਮੁੱਖ ਮੰਤਰੀ ਦਾ ਅਹੁਦਾ ਤਿਆਗ ਕੇ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾ ਕੇ ਜਿਵੇਂ ਨਿਕਲਿਆ ਜਾ ਕੇ ਪੁੱਛਗਿੱਛ ਕੀਤੀ ਤਾਂ ਉਹਨੂੰ ਫੜ ਲਿਆ, ਗ੍ਰਿਫਤਾਰ ਕਰ ਲਿਆ। ਹੁਣ ਇਹਦੇ ਨਾਲ ਵੀ ਇੱਦਾਂ ਹੁੰਦੀ, ਆਖਿਰ ਇਹ ਵੀ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਆ ਨਾ, ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਆ, ਹੋ ਸਕਦਾ ਕਈ ਤਰ੍ਹਾਂ ਦੀਆਂ ਜ਼ਿੰਦਗੀਆਂ ਹੁੰਦੀਆਂ ਵੀ ਅੱਗੋਂ ਕੋਈ ਅਦਾਲਤੀ ਅੜਿੱਕਾ ਨਾ ਪੈ ਜਾਵੇ, ਅਦਾਲਤੀ ਕਾਰਵਾਈ 'ਚ ਅੱਗੋਂ ਸਾਨੂੰ ਕੋਈ ਸ਼ਰਮਿੰਦਗੀ ਨਾ ਪੈ ਜਾਵੇ, ਕਿਉਂਕਿ ਮਨੀਸ਼ ਸਿਸੋਦੀਆ ਜਦੋਂ ਦਾ ਫੜਿਆ ਅੱਜ ਤੱਕ ਬਾਹਰ ਨਹੀਂ ਨਿਕਲਿਆ, ਉਹਨੂੰ ਵੀ ਇਸ ਤਰੀਕੇ ਨਾਲ ਸੰਮਣ ਭੇਜ ਕੇ ਲਿਆ ਕੇ ਅੜਿੱਕੇ 'ਚ ਫਿਰ ਫੜਿਆ, ਤਾਂ ਕਿ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਜਮਾਨਤ ਹੀ ਨਹੀਂ ਮਿਲੀ। ਤੇ ਸੰਜੇ ਸਿੰਘ ਦਾ ਵੀ ਇਹ ਹਾਲ ਸੀਗਾ, ਤਾਂ ਹੁਣ ਕੇਜਰੀਵਾਲ ਨਾਲ ਵੀ ਇਹ ਆ। ਦੇਖੋ ਜੇ ਤਾਂ ਉਹਨਾਂ ਕੋਲ ਪੁਖਤਾ ਸਬੂਤ ਆ, ਜੇ ਤਾਂ ਉਹਨਾਂ ਕੋਲ ਸਾਰੀ ਜਾਣਕਾਰੀ ਹੈਗੀ ਆ,
ਇੱਥੋਂ ਤੱਕ ਸੁਪਰੀਮ ਕੋਰਟ ਨੇ ਵੀ ਕਹਿਤਾ ਵੀ 338 ਕਰੋੜ ਦੇ ਘੁਟਾਲੇ ਦਾ ਜਿਹੜਾ ਇਹ ਮਾਮਲਾ ਸਾਹਮਣੇ ਆ ਰਿਹਾ ਆ ਸ਼ਰਾਬ ਘੁਟਾਲੇ ਦਾ, ਤੇ ਉਹਨਾਂ ਕੋਲ ਕੁਛ ਨਾ ਕੁਛ ਤਾਂ ਹੈ ਜਿਸ ਨੂੰ ਲੈ ਕੇ ਵਾਰ ਵਾਰ ਸੁੰਮਣ ਭੇਜ ਰਹੇ ਆ। ਕਿੰਨਾ ਕੁ ਲੰਬਾ ਚੱਲਦਾ ਹੈ, ਕਦੋਂ ਤੱਕ ਭੇਜਦੇ ਆ, ਕਦੋਂ ਗ੍ਰਿਫਤਾਰੀ ਹੋਊਗੀ, ਇਹ ਤਾਂ ਹੁਣ ਏਜੰਸੀ ਜਾਣਦੀ ਆ ਜਾਂ ਬੀਜੇਪੀ ਵਾਲੇ ਜਾਣਦੇ ਆ, ਉਦਾਂ ਦਾ ਪਰਮੇਸ਼ ਵਰਮਾ ਉਹਨਾਂ ਨੂੰ ਜਿਹੜੀ ਦਾ ਦੱਸਤਾ ਹੋਵੇਗਾ ਅਸੀਂ ਜਲਦ ਫੜ ਲੈਣਾ। ਜੀ ਬਿਲਕੁਲ, ਦੇਖਦੇ ਹਾਂ ਊਠ ਕਿਸ ਕਰਵਟ ਬਹਿੰਦਾ। ਅਤੇ ਅਗਲੀ ਖਬਰ ਵੱਲ ਆਪਾਂ ਵੱਧਦੇ ਹਾਂ ਕਿ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਨੇਤਾ ਹੈਗੇ ਆ ਨੈਸ਼ਨਲ ਲੈਵਲ 'ਤੇ ਕਾਂਗਰਸ ਨੂੰ ਛੱਡ ਕੇ ਜਾ ਰਹੇ ਆ, ਸੋ ਕੀ ਪੁਜੀਸ਼ਨ ਕੀ ਆ ਕਾਂਗਰਸ ਦੀ ਇਸ ਵੇਲੇ? ਕੋਈ ਆਪੋਜੀਸ਼ਨ 'ਚ ਲੱਗ ਨਹੀਂ ਰਿਹਾ ਕਿ ਕੋਈ ਬੀਜੇਪੀ ਦੇ ਆਪੋਜਿਟ ਜਿਹੜਾ ਕੋਈ ਚੰਗੀ ਕੋਈ ਪਾਰਟੀ ਬਹੁਮਤ ਲੈ ਕੇ, ਬਹੁਮਤ ਤੋਂ ਭਾਵ ਵੀ ਚੰਗੀ ਵੋਟਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਕੋਈ ਚੰਗੀ ਇੱਕ ਵਿਰੋਧੀ ਧਿਰ ਖੜੀ ਹੋ ਸਕਦੀ ਹੈ, ਉਹ ਲੱਗ ਨਹੀਂ ਰਿਹਾ ਇਸ ਤਰ੍ਹਾਂ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਪੂਰੇ ਹਿੰਦੁਸਤਾਨ ਦੇ ਵਿੱਚ। ਬਿਲਕੁਲ ਜੀ, ਦੇਖ ਲਓ ਕਰੀਬ 150 ਸਾਲ ਪੁਰਾਣੀ ਕਾਂਗਰਸ ਪਾਰਟੀ ਆ ਜਿਹਦਾ ਅਸਰ ਇਸ ਵੇਲੇ ਏਦਾਂ ਦਾ ਹੋ ਗਿਆ ਕਿ ਛੋਟੀਆਂ ਪਾਰਟੀਆਂ ਜਿਹੜੀਆਂ ਕਿ ਕੱਲ੍ਹ ਜੰਮੀਆਂ ਉਹ ਉਹਨਾਂ ਨੂੰ ਇੱਕ ਕਿਸਮ ਨਾਲ ਮਜ਼ਾਕ ਉਹਨਾਂ ਨੂੰ ਜਿਹਨੂੰ ਕਹਿ ਦਈਏ ਟਿੱਚਰ ਕਰਦੀਆਂ, ਜਿਵੇਂ ਅਖਿਲੇਸ਼ ਵੀ ਆਉਂਦਾ ਹੋਇਆ ਸਮਾਜਵਾਦੀ ਪਾਰਟੀ ਦਾ, ਇੰਡੀਆ ਗੱਠਜੋੜ ਪਹਿਲਾਂ ਤਾਂ ਗੱਲ ਕਰ ਲਵਾਂ, ਇੰਡੀਆ ਗੱਠਜੋੜ ਹੀ ਫਿੰਗਰ ਗਿਆ ਇਹਨਾਂ ਦਾ। ਅਖਿਲੇਸ਼ ਯਾਦਵ ਨੇ ਕਹਿਤਾ ਕਿ ਪਹਿਲਾਂ ਕਹਿੰਦੇ 10 ਸੀਟਾਂ ਦੇਣੀਆਂ ਤੁਹਾਨੂੰ ਯੂਪੀ ਦੇ ਵਿੱਚੋਂ ਲੈਣੀਆਂ, ਲੈ ਲਓ ਨਹੀਂ ਤਾਂ ਨਾ। ਕਾਂਗਰਸ ਕਹਿੰਦੀ ਵੀ ਐਡੀ ਵੱਡੀ ਪਾਰਟੀ ਆ, 80 ਸੀਟਾਂ ਲੜਨ ਵਾਲੀ ਪਾਰਟੀ ਕਿਸੇ ਸਮੇਂ 80ਆਂ ਦੇ ਵਿੱਚੋਂ 10 ਦੇ ਰਹੀ ਅਖਿਲੇਸ਼ ਯਾਦਵ, ਤੇ ਮਜ਼ਾਕ ਵਾਲੀ ਗੱਲ ਆ, ਤੇ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਨੀ ਮੰਨਦੇ। ਫਿਰ ਹੁਣ ਹਰ ਕੇ ਉਹਨਾਂ ਨੇ ਅੱਜ ਕਹਿਤਾ ਵੀ 17 ਸੀਟਾਂ ਮਿਲੀਆਂ, ਮੰਗਲਵਾਰ ਕੱਲ੍ਹ ਤੱਕ ਤੁਹਾਡੇ ਕੋਲ ਟਾਈਮ ਹੈਗਾ, ਜੇ ਤਾਂ ਮੰਨ ਜਾਓਗੇ ਠੀਕ ਤਾਂ ਅਸੀਂ ਇਹ ਵੀ ਨੀ ਦੇਣੀਆਂ ਅਸੀਂ ਵੀ ਨਹੀਂ ਚੱਲੇ। ਹੁਣ ਜੇ ਇੰਡੀਆ ਗੱਠਜੋੜ ਦੇ ਵਿੱਚੋਂ ਮਮਤਾ ਨਿਕਲ ਗਈ, ਆਮ ਆਦਮੀ ਪਾਰਟੀ ਨਿਕਲ ਗਈ, ਉਧਰੋਂ ਜਿਹੜਾ ਫਾਰੂਕ ਅਬਦੁੱਲਾ ਨਿਕਲ ਗਿਆ, ਸਾਰਾ ਕੁਛ ਖਿਲਰ ਗਿਆ, ਉਹਦੇ ਵਿੱਚ ਰਿਹਾ ਕੁਛ ਨਹੀਂ। ਇਸ ਤੋਂ ਬਾਅਦ ਦੀ ਗੱਲ ਆ ਵੀ ਹੋਰ ਜਿਹੜੇ ਸੀਨੀਅਰ ਆਗੂ ਉਹ ਵੀ ਕਾਂਗਰਸ ਛੱਡ ਕੇ ਜਾ ਰਹੇ। ਹੁਣ ਮਹਾਰਾਸ਼ਟਰ ਦਾ ਬਹੁਤ ਵੱਡਾ ਇੱਕ ਲੀਡਰ ਸੀ ਜਿਹੜਾ ਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਵੀ ਰਹਿ ਚੁੱਕਾ ਸੀਗਾ ਅਸ਼ੋਕ ਚਵਾਨ, ਨੰਦੇੜ ਇਲਾਕੇ ਦਾ ਉਹ ਰਿਪ੍ਰੈਜੈਂਟ ਕਰਦਾ ਆ, ਉਹ ਚਲੇ ਗਿਆ ਬੀਜੇਪੀ ਦੇ ਵਿੱਚ, ਬਾਕੀ ਰਹਿ ਕੇ ਗਿਆ ਬਾਬਾ ਸਿੱਦੀਕੀ ਨਾਂ ਦਾ ਇੱਕ ਬਹੁਤ ਮਸ਼ਹੂਰ ਬੰਬੇ ਦਾ ਇੱਕ ਲੀਡਰ ਹੈ ਕਾਂਗਰਸ ਦਾ, ਜਿਹਦੇ ਕਿ ਬਾਲੀਵੁੱਡ ਐਕਟਰਾਂ ਦੇ ਨਾਲ ਬਹੁਤ ਨੇੜਤਾ ਆ, 40 ਸਾਲ ਤੋਂ ਉਹ ਕਾਂਗਰਸ ਦਾ ਲੀਡਰ ਆ, ਉਹ ਛੱਡ ਕੇ ਚਲੇ ਗਿਆ। ਕਮਲਨਾਥ ਦਾ ਰੌਲਾ ਪੈ ਗਿਆ ਸੀਗਾ, ਕਮਲਨਾਥ ਜਾ ਰਿਹਾ, ਇਹ ਤਾਂ ਫਿਰ ਬੀਜੇਪੀ ਨੂੰ ਕਿਸੇ ਨੇ ਸਦਬੁੱਧੀ ਦਿੱਤੀ ਹੋਣੀ ਆ ਕਿ ਤੁਸੀਂ ਆਪਦੇ 1984 ਵਾਲਾ ਟੈਗ ਕਿਉਂ ਲਵਾਉਣਾ ਹੈ, ਕਿਉਂ ਦਾਗ ਲਵਾਉਣਾ ਕਮਲ ਸ਼ਾਮਲ ਕਰਕੇ। ਸੋ ਉਹਦੀ ਜਾਂਦੀ ਜਾਂਦੀ ਵੀ ਐਂਟਰੀ ਬੰਦ ਹੋ ਗਈ। ਹੁਣ ਇਹ ਸੁਣਨ 'ਚ ਆ ਰਿਹਾ ਕਿ ਉਹਦਾ ਮੁੰਡਾ ਜਿਹੜਾ ਉਹ ਬੀਜੇਪੀ ਸ਼ਾਮਲ ਹੋਊਗਾ, ਕਮਲਨਾਥ ਲਈ ਬੀਜੇਪੀ ਨੇ ਰਸਤੇ ਬੰਦ ਕਰ ਦਿੱਤੇ। ਇਹ ਚੰਗੇ ਵੇਲੇ ਸਿਰ ਹੀ ਪਤਾ ਲੱਗ ਗਿਆ ਬੀਜੇਪੀ ਨੂੰ ਕਿ ਸਾਡਾ ਮੁੜ ਕੇ ਹਜ਼ਰ ਕੀ ਹੋਣਾ, ਕਿਉਂਕਿ ਉਹਨੂੰ ਫਿਰ ਕਮਲਨਾਥ ਇੰਨਾ ਪੁਰਾਣਾ ਲੀਡਰ ਹੈ, 84 ਦੇ ਮਾਮਲਿਆਂ ਦੇ ਵਿੱਚੋਂ ਜੇ ਕਮਲਨਾਥ ਅੱਜ ਬਚ ਕੇ ਖੜਾ ਤਾਂ ਉਹਨੂੰ ਕਾਂਗਰਸ ਹੀ ਬਚਾਉਂਦੀ ਰਹੀ ਆ, ਤੇ ਹੁਣ ਕਾਂਗਰਸ ਨੇ ਉਹਨੂੰ ਰਾਜ ਸਭਾ ਦਾ ਮੈਂਬਰ ਨਹੀਂ ਬਣਾਇਆ ਜਾਂ ਕੋਈ ਹੋਰ ਉਹਨੂੰ ਅਹੁਦਾ ਨਹੀਂ ਦਿੱਤਾ, ਤੇ ਉਹ ਇੱਕ ਮਿੰਟ ਲਾਇਆ ਉਹਨੇ ਉਹਦੇ ਚੁਰਾ ਤੋਂ ਮਾਰਨ ਲਈ ਕਾਂਗਰਸ ਦੇ। ਸੋ ਇਹ ਲੀਡਰ ਜਿਹੜੇ ਆ ਉਹ ਕਾਂਗਰਸ ਦੇ ਵਿੱਚੋਂ ਜਿਵੇਂ ਕਹਿ ਲਈਏ ਕਾਂਗਰਸ ਖੱਤਰੀਆਂ ਕਰੇਲੇ ਹੋ ਗਈ ਆ, ਇਹਨਾਂ ਦੀ ਆਪਣੀ ਪਾਰਟੀ ਦਾ ਸੀਨੀਅਰ ਫੀਚਰ ਸੋਨੀਆ ਗਾਂਧੀ ਨੇ ਲੋਕ ਸਭਾ ਚੋਣ ਲੜਨ ਤੋਂ ਹੱਥ ਖੜੇ ਕਰਤੇ, ਉਹ ਰਾਜ ਸਭਾ ਦੀ ਐਂਟਰੀ ਕਰਕੇ ਅੰਦਰ ਜਾਣ ਲੱਗੀ, ਤੇ ਉਹਦਾ ਫਿਰ ਆਮ ਜਿਹੜਾ ਉਹਨਾਂ ਦਾ ਕੈਡਰ ਆ ਛੋਟਾ ਆਗੂ ਉਹਦੇ ਤੇ ਕੀ ਜਾਊਗਾ, ਤੇ ਸਾਡਾ ਵੱਡਾ ਲੀਡਰ ਨਹੀਂ ਕੋਈ ਚੋਣ ਲੜ ਕੇ ਰਾਜੀ ਤਾਂ ਅਸੀਂ ਕਾਹਨੂੰ ਸਿਰ ਖਪਾਈ ਕਰਨੀ ਲੋਕ ਸਭਾ ਨੇ, ਰਾਜ ਸਭਾ ਮੈਂਬਰ ਬਣਾਈ ਜਾਓ, ਕਿੰਨੇ ਕੁ ਬਣਾ ਲੈਣਗੇ, ਸਟੇਟਾਂ ਦੇ ਆਧਾਰ ਤੇ ਰਾਜ ਸਭਾ ਬਣਨੇ ਆ, ਸਟੇਟ ਦਾ ਅੱਗੇ ਉਹਨਾਂ ਦਾ ਤੁਸੀਂ ਜਾਣੇ ਆ, ਜਿੰਨੇ ਕਹੇਗੇ ਉਹ ਬਣਦੀ ਨੀ ਗੱਲ ਤੋਂ। ਸੋਨੀਆ ਗਾਂਧੀ ਰਾਜ ਸਭਾ ਵੱਲੋਂ ਚਲੇ ਗਈ ਆ, ਪ੍ਰਿਯੰਕਾ ਨੂੰ ਕਹਿੰਦੇ ਸ਼ਾਇਦ ਉੱਥੋਂ ਅਮੇਠੀ ਤੋਂ ਜਾਂ ਰਾਏਬਰੇਲੀ ਤੋਂ ਲੜਾਉਣਗੇ। ਰਾਹੁਲ ਗਾਂਧੀ ਨੇ ਪਹਿਲਾਂ ਹੀ 2 ਸੀਟਾਂ ਚੁਣੀਆਂ ਸੀ ਪਿਛਲੀ ਵਾਰ, ਇੱਕ ਵਾਇਨਾਡ ਸੀ ਕੇਰਲ ਦੀ, ਇੱਕ ਇੱਧਰ ਸੀਗਾ ਅਮੇਠੀ, ਉਹ ਦੋਨਾਂ ਚੋਂ ਇੱਕ ਤਾਂ ਹਾਰ ਗਿਆ ਸੀ, ਵਾਇਨਾਡ ਧਰਤੀ ਬਣ ਗਿਆ ਸੀਗਾ। ਸੋ ਕਾਂਗਰਸ ਦੀ ਹਾਲਤ ਜਿਹੜੀ ਹੈ ਇਸ ਵੇਲੇ ਬਹੁਤ ਹੀ ਨੈਸ਼ਨਲ ਲੈਵਲ ਤੇ ਮਾੜੀ ਹੋਈ ਪਈ ਆ, ਇਸੇ ਕਰਕੇ ਬੀਜੇਪੀ ਵਾਲੇ ਨਾਰਾ ਦੇ ਰਹੇ ਆ ਇਸ ਵਾਰ 400 ਕੇ ਪਾਰ। ਜੀ ਬਿਲਕੁਲ, ਦੇਖਦੇ ਹਾਂ ਕੀ ਹੁੰਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ। ਅਤੇ ਪੰਜਾਬ ਦੇ ਵਿੱਚ ਇੱਕ ਯਾਤਰਾ ਚੱਲੀ ਸੀ ਜੀ, ਪੰਜਾਬ ਬਚਾਓ ਯਾਤਰਾ ਸ਼ਾਇਦ ਉਹਦਾ ਨਾਂ ਸੀਗਾ, ਅਕਾਲੀ ਦਲ ਵੱਲੋਂ, ਉਹਦਾ ਕੀ ਬਣਿਆ ਇਸ ਸਾਰੇ ਰਾਮ ਰੌਲੇ ਦੇ ਵਿੱਚ, ਜਿਹੜਾ ਨਾਲ ਕਿਸਾਨੀ ਅੰਦੋਲਨ ਵੀ ਸਟਾਰਟ ਹੋ ਗਿਆ ਉੱਧਰ, ਉਹਨਾਂ ਦੀ ਯਾਤਰਾ ਦਾ ਕਿਸ ਤਰ੍ਹਾਂ ਚੱਲ ਰਿਹਾ ਜੀ? ਦੇਖੋ ਜੀ, ਕਿਸਾਨ ਅੰਦੋਲਨ ਨੇ ਸਾਰੇ ਹੀ ਪੰਜਾਬ ਦੇ ਜਿਹੜੇ ਸਿਆਸੀ ਸਮੀਕਰਨ ਨੇ ਬਦਲ ਕੇ ਰੱਖ ਦਿੱਤੇ। ਬੀਜੇਪੀ ਦਾ ਅਕਾਲੀ ਦਲ ਨਾਲ ਗੱਠਜੋੜ ਹੋਣਾ ਸੀਗਾ, ਤਕਰੀਬਨ ਹੋ ਹੀ ਗਿਆ ਸੀ, ਐਲਾਨ ਬਾਕੀ ਸੀਗਾ, ਤੇ ਉਧਰੋਂ ਬਸਪਾ ਅਕਾਲੀ ਦਲ ਨੂੰ ਛੱਡ ਕੇ ਭੇਜੇ ਬੀਜੇਪੀ ਨਾਲ ਜਾ ਰਹੀ, ਤੇ ਸਾਡਾ ਇਹਦੇ ਨਾਲ ਕੋਈ ਮੇਲ ਨਹੀਂ, ਉਹ ਤੋੜ ਵਿਛੋੜਾ ਹੀ ਕਰ ਲਈ, ਉਹ ਤਾਂ ਖਤਮ ਹੋ ਗਿਆ ਬਸਪਾ ਨਾਲ ਗੱਠਜੋੜ ਦਾ। ਬੀਜੇਪੀ ਦਾ ਗੱਠਜੋੜ ਹੁੰਦਾ ਹੁੰਦਾ ਉਹ ਕਿਸਾਨ ਅੰਦੋਲਨ ਨੇ ਰੋਕ ਲਿਆ। ਹੁਣ ਕਿਸਾਨ ਅੰਦੋਲਨ ਤੇ ਡਿਪੈਂਡ ਆ ਵੀ ਨਵੀਂ ਸਮੀਕਰਨ ਕਿਵੇਂ ਬਣਨਗੇ, ਨਵੇਂ ਜਿਹੜੇ ਗੱਠਜੋੜ ਕੋਈ ਬਣਨੇ ਆ, ਕੋਈ ਤਾਲਮੇਲ ਬਣਨੇ ਆ, ਸੀਟਾਂ ਦੀ ਵੰਡ ਹੋਣੀ ਆ, ਕਿੱਦਾਂ ਹੋਣੀ ਆ, ਕਿੱਦਾਂ ਨਹੀਂ ਹੋਣੀ ਆ, ਸਾਰਾ ਕੁਛ ਉੱਤੇ ਡਿਪੈਂਡ ਆ। ਇਸੇ ਕਰਕੇ ਜਿਹੜੀ ਪੰਜਾਬ ਬਚਾਓ ਯਾਤਰਾ ਸੀ ਅਕਾਲੀ ਦਲ ਦੀ,
ਉਹਨਾਂ ਨੇ ਕਿਸਾਨ ਅੰਦੋਲਨ ਕਰਕੇ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਆ। ਅੱਗੋਂ ਉਹਦਾ ਕੀ ਭਵਿੱਖ ਆ, ਕਦੋਂ ਸ਼ੁਰੂ ਕਰਦੇ ਆ ਇਹ ਆਪਾਂ ਕਹਿ ਨਹੀਂ ਸਕਦੇ, ਪਰ ਫਿਲਹਾਲ ਜਿਹੜੀ ਉਹਨਾਂ ਦੀ ਯਾਤਰਾ ਆ ਉਹਨੂੰ ਮਾਝਾ ਦਾ ਤਕਰੀਬਨ ਕਵਰ ਕਰ ਲਿਆ ਸੀ ਸਾਰਾ, ਮਾਲਵੇ ਵੱਲ ਨੂੰ ਚਲੇ ਗਏ ਸੀ, ਫਿਰੋਜ਼ਪੁਰ ਇਲਾਕੇ 'ਚ ਫਿਰਦੇ ਸੀਗੇ, ਤੇ ਉਸ ਤੋਂ ਬਾਅਦ ਅਚਾਨਕ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਹੋ ਜਾਂਦਾ ਤੇ ਉਹਨਾਂ ਨੂੰ ਆਪਣੀ ਮੁਲਤਵੀ ਕਰਨੀ ਪਈ। ਮਾਝੇ ਵਿੱਚ ਕਾਫ਼ੀ ਉਹਨਾਂ ਰਿਸਪੋਂਸ ਮਿਲਿਆ, ਆਪਾਂ ਦੇਖਿਆ ਕੱਟਕੁੱਟ ਕਾਫ਼ੀ ਸੀਗਾ ਉਹਨਾਂ ਦਾ, ਤੇ ਉਸ ਗੱਲ ਨੂੰ ਲੈ ਕੇ ਵੀ ਇਹ ਚਰਚਾ ਹੋਣ ਲੱਗ ਪਈ ਸੀ ਕਿ ਲੈ ਵੀ ਅਕਾਲੀ ਦਲ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਬੀਜੇਪੀ ਨੂੰ ਆਪਣੇ ਨਾਲ ਰਲਾਉਣ ਵਾਸਤੇ, ਜਿਹੜੀ ਬੀਜੇਪੀ ਮੰਨਦੀ ਹੈ। ਹੁਣ ਅਕਾਲੀ ਦਲ ਦੀ ਇਹ ਇੱਕ ਸਾਹਮਣੇ ਇੱਕ ਵੱਡਾ ਸੰਕਟ ਖੜਾ ਹੋ ਗਿਆ, ਜਿਸ ਕਿਸਾਨ ਅੰਦੋਲਨ ਕਾਰਨ ਇਹਨਾਂ ਨੇ ਪਿਛਲੀ ਵਾਰ ਗੱਠਜੋੜ ਤੋੜਿਆ ਸੀ ਬੀਜੇਪੀ ਨਾਲ, ਵਜ਼ੀਰੀ ਛੱਡੀ ਸੀ ਕਿ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਤੋਂ ਅਸਤੀਫਾ ਦਿੱਤਾ ਸੀ। ਅੱਜ ਇਸ ਕਿਸਾਨ ਅੰਦੋਲਨ ਦੇ ਨਾਲ ਨਾਲ ਜੇ ਇਹ ਦੁਬਾਰਾ ਬੀਜੇਪੀ ਨਾਲ ਕਰਦੇ ਆ ਤਾਂ ਫਿਰ ਇਹਨਾਂ ਨੂੰ ਵੀ ਕਿਸੇ ਨੇ ਨਹੀਂ ਪੁੱਛਣਾ। ਸੋ ਹਾਲੇ ਸਮੀਕਰਨ ਜਿਹੜੇ ਆ ਉਹ ਉਥਲ ਪੁਥਲ ਹੋਏ ਆ, ਕੌਣ ਕਿਹਦੇ ਨਾਲ ਜਨਤਾ, ਕਿਵੇਂ ਜਨਤਾ ਕਿੱਦਾਂ ਹੁੰਦੀ ਆ, ਕਾਂਗਰਸ ਅਲੱਗ ਚੱਲਣ ਡੇ, ਆਪ ਵਾਲੇ ਅਲੱਗ ਚੱਲਣ ਡੇ, ਉਹ ਕਹਿਣ ਤੋਂ ਹਜੇ ਕੋਈ ਸਮਝ ਤੋਂ ਪਰੇ ਆ ਸਿਆਸੀ ਸਮੀਕਰਨ ਕੀ ਹੋਣਾ। ਕਿਸਾਨ ਅੰਦੋਲਨ ਨੇ ਇਹ ਤੈਅ ਕਰਨਾ ਤੇ ਆਖਿਰ ਕਿਹੜੀ ਪਾਰਟੀ ਕਿਹਦੇ ਨਾਲ ਜਾ। ਬਿਲਕੁਲ ਜੀ, ਆਪਾਂ ਦੇਖਦੇ ਹਾਂ ਕੀ ਹੁੰਦਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਔਰ ਜਾਂਦੇ ਜਾਂਦੇ ਸਾਨੂੰ ਪੰਜਾਬ ਦੀ ਮੌਸਮ ਦਾ ਥੋੜ੍ਹਾ ਜਿਹਾ ਹਾਲ ਜ਼ਰੂਰ ਦੱਸ ਕੇ ਜਾਇਓ। ਮੌਸਮ ਇਹ ਆ ਜੀ ਵੀ ਹੁਣ ਹੌਲੀ ਹੌਲੀ ਠੰਡ ਜਿਹੜੀ ਆ ਉਹ ਰੁਖਸਤ ਹੋ ਰਹੀ ਆ ਸਾਡੇ ਵੱਲੋਂ, ਸ਼ਾਇਦ ਤੁਹਾਡੇ ਵੱਲੋਂ ਜਾ ਰਹੀ ਆ। ਮੈਂ ਸੁਣਿਆ ਜੀ ਬਰਫ਼ਬਾਰੀ ਕਾਫ਼ੀ ਹੋਈ ਆ ਪਿੱਛੇ ਜਿਹੇ ਥੋੜ੍ਹੇ 2-4 ਦਿਨ ਪਹਿਲਾਂ, ਪਰ ਇੱਥੋਂ ਠੰਡ ਨੇ ਥੋੜ੍ਹਾ ਜਿਹਾ ਪਾਸਾ ਵੱਟਣਾ ਸ਼ੁਰੂ ਕਰਤਾ ਆ। ਦਿਨ ਵੇਲੇ 20-21 ਡਿਗਰੀ ਤੱਕ ਵੀ ਟੈਂਪਰੇਚਰ ਜਾਣ ਲੱਗ ਪਿਆ। 2-3 ਦਿਨ ਹੋ ਗਏ ਮੌਸਮ ਥੋੜ੍ਹਾ ਜਿਹਾ ਝੱਖੜ ਵਾਲਾ, ਹਨੇਰੀ ਵਾਲਾ ਹੋਇਆ। ਮੀਂਹ ਵੀ ਪੈਣ ਦੀ ਜਿਹੜੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਆ, 1-2 ਦਿਨਾਂ ਤੱਕ ਮੀਂਹ ਵੀ ਪਊਗਾ, ਪਰ ਫਿਲਹਾਲ ਜਿਹੜਾ ਆ ਗਰਮੀ ਵੱਲ ਨੂੰ ਜਿਹੜਾ ਆ ਪੰਜਾਬ ਦਾ ਮੌਸਮ ਵਧਣਾ ਸ਼ੁਰੂ ਹੋ ਗਿਆ। ਤੇ ਮੈਂ ਕਹਿੰਦਾ NRI ਵੀ ਜਿਹੜੇ ਆਏ ਹੋਏ ਸੀਗੇ ਕਿ ਉਹਨਾਂ ਨੇ ਵੀ ਹੁਣ ਵਾਪਸੀ ਜਹਾਜ਼ ਦੇ ਜਿਹੜੇ ਮੋੜੇ ਪਾਤੇ ਆ, ਤੇ ਉਹਨਾਂ ਨੂੰ ਡਰ ਲੱਗਣ ਲੱਗ ਪਿਆ ਵੀ ਕਿਸਾਨ ਅੰਦੋਲਨ ਕਾਰਨ ਕਿਤੇ ਇਹੋ ਜਿਹੀ ਗੱਲ ਨਾ ਹੋ ਜਾਏ ਕਿ ਸਾਨੂੰ ਇੱਥੇ ਰਹਿਣਾ ਪੈ ਜਾਏ। ਸੋ ਉਹਨਾਂ ਨੇ ਉੱਦਾਂ ਵੀ ਵਾਪਸੀ ਮੋੜਾ ਪਾਇਆ ਹੋਇਆ ਸੀ, ਤੇ ਵੈਸੇ ਵੀ ਮੌਸਮ ਕਰਕੇ ਵੀ NRI ਜਿਹੜੇ ਆ ਵਾਪਸ ਜਾਣੇ ਸ਼ੁਰੂ। ਅਵਤਾਰ ਜੀ ਬਹੁਤ ਬਹੁਤ ਧੰਨਵਾਦ, ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਗੀ, ਤਦ ਤੱਕ ਦਿਓ ਇਜਾਜ਼ਤ, ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।